ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਗੱਲਬਾਤ ਕਰਨੀ ਹੈ ਪੰਜਾਬ ਦੀ ਸਿਆਸਤ ਦੀ ਗੱਲ ਵੀ ਕਰਨੀ ਹੈ ਤੇ ਪੰਜਾਬ ਦੇ ਵਿੱਚ ਅੱਜ ਸ਼ੁਰੂ ਹੋਣ ਜਾ ਰਹੇ ਵਿਕਾਸ ਪ੍ਰੋਜੈਕਟਾਂ ਦੀ ਗੱਲ ਵੀ ਕਰਾਂਗੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਪੰਜਾਬ ਪਹੁੰਚੇ ਨੇ ਤੇ ਉਹਨਾਂ ਨੇ ਕਰੋੜਾਂ ਰੁਪਏ ਦੇ 4000 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ ਪੰਜਾਬ ਦੇ ਵਿੱਚ ਸੜਕਾਂ ਕਹਿੰਦੇ ਹੋਰ ਵਧੀਆ ਬਣਾ ਦੇਣੀਆਂ ਕੋਸ਼ਿਸ਼ ਕਿ ਚਾਰ ਲੇਨ ਸੜਕਾਂ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਸ ਤੋਂ ਇਲਾਵਾ ਗੱਲ ਪੰਜਾਬ ਕਾਂਗਰਸ ਦੀ ਵੀ ਕਰਾਂਗੇ ਕਿਉਂਕਿ ਲੰਬੇ ਸਮੇਂ ਤੋਂ ਜੋ ਕਾਂਗਰਸ ਦੇ ਲੀਡਰਾਂ ਦੇ ਵਿੱਚਕਾਰ ਖਿੱਚੋ ਤਾਣ ਦਿਖਾਈ ਦੇ ਰਹੀ ਹੈ। ਭਾਵੇਂ ਕਈ ਸਿਆਸਤਦਾਨ ਕਹਿੰਦੇ ਨੇ ਕਿ ਐਦਾਂ ਦੀ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਦੇ ਦੌਰਾਨ ਸਾਰਾ ਕੁਝ ਠੀਕ ਹੋ ਜਾਣਾ ਹੈ ਪਰ ਕਈ ਵੱਡੇ ਲੀਡਰਾਂ ਦੀ ਗੈਰ ਹਾਜ਼ਰੀ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਨ ਦੀ ਗੱਲ ਉੱਤੇ ਵੀ ਕਰਾਂਗੇ। ਗੱਲਬਾਤ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਵੀ ਕਰਨੀ ਹੈ ਕਿਉਂਕਿ ਬਾਜਵਾ ਸਾਹਿਬ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਟ ਸ਼ੇਅਰਿੰਗ ਨੂੰ ਲੈ ਕੇ ਜੋ ਗੱਲਾਂ ਕਹੀਆਂ ਨੇ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਨੂੰ ਚੋਣਾਂ ਹੋਣੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਉਹਨੂੰ ਲੈ ਕੇ ਤਿਆਰੀਆਂ ਕਿਸ ਤਰ੍ਹਾਂ ਦੀਆਂ ਚੱਲਦੀਆਂ ਪਈਆਂ ਇਹਦੇ ਬਾਰੇ ਵੀ ਗੱਲਬਾਤ ਕੀਤੀ ਹੈ ਤੇ ਗੱਲਬਾਤ ਪੰਜਾਬ ਦੇ ਵਿੱਚ ਐਨ ਆਰ ਆਈ ਮਿਲਣੀ ਦੀ ਵੀ ਕਰਨੀ ਹੈ ਕਿਹਾ ਜਾ ਰਿਹਾ ਹੈ ਕਿ ਐਨ ਆਰ ਆਈ ਭਰਾਵਾਂ ਪੈਣਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਦੇ ਹੱਲ ਦੇ ਲਈ ਆਉਣ ਵਾਲੇ ਸਮੇਂ ਦੇ ਦੌਰਾਨ ਵਕਫ ਵਕਫਾ ਮੱਤੇ ਐਨ ਆਰ ਆਈਜ਼ ਮਿਲਣੀ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕੁਛ ਨੰਬਰ ਵੀ ਜਾਰੀ ਕੀਤੇ ਆ ਜ਼ਿਕਰ ਉਹਦਾ ਵੀ ਕਰਾਂਗੇ ਤੇ ਗੱਲਬਾਤ ਭਾਰਤ ਜੋੜੋ ਯਾਤਰਾ ਦੀ ਵੀ ਕਰਨੀ ਹੈ ਭਾਰਤ ਜੋੜੋ ਯਾਤਰਾ ਭਾਰਤ ਨਿਆ ਯਾਤਰਾ ਕਹਿ ਲਿਏ ਰਾਹੁਲ ਗਾਂਧੀ ਹੁਰੀ 4 ਦਿਨ ਬਾਅਦ ਉਹਦੀ ਸ਼ੁਰੂਆਤ ਕਰਨੀ ਹੈ ਪਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਪੰਜਾਬ ਦੇ ਵਿੱਚ ਅੱਜ ਇੱਕ ਘਟਨਾ ਵਾਪਰੀ ਘਟਨਾ ਮੰਦਪਾ ਕੀ ਆ ਪੰਜਾਬ ਚ ਸਮਰਾਲੇ ਦੇ ਕੋਲ ਇੱਕ ਪਿੰਡ ਦੇ ਵਿੱਚ ਨਾਗਰਾ ਪਿੰਡ ਵਿਖੇ ਅੰਗੀਠੀ ਬਾਲਕੇ ਇੱਕ ਪਰਿਵਾਰ ਸੁੱਤਾ ਪਿਆ ਸੀ ਉਦੇ ਕਰਕੇ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਜਾਂਦੀ ਹੈ ਬੱਚਾ ਛੋਟਾ ਆਕਸੀਜਨ ਦੀ ਕਮੀ ਹੋ ਗਈ ਕਿਉਂਕਿ ਜਦੋਂ ਕਮਰੇ ਦੇ ਵਿੱਚ ਅੰਗੀਠੀ ਬਾਲੀ ਜਾਂਦੀ ਹੈ ਤਾਂ ਉਹਦੇ ਕਰਕੇ ਧੂਆ ਚੜਦਾ ਆਕਸੀਜਨ ਦੀ ਕਮੀ ਕਰਕੇ ਮੌਤ ਕਈ ਵਾਰ ਹੁੰਦੀ ਅਸੀਂ ਸੁਣੀ ਹੈ ਬੜੀ ਦੁਖਦਾਈ ਘਟਨਾ ਪੰਜਾਬ ਦੇ ਵਿੱਚ ਠੰਡ ਸਿਖਰਾਂ ਤੇ ਹੈ ਹੱਡ ਚੀਰਵੀਂ ਠੰਡ ਹੈ ਸਾਰੇ ਜਣੇ ਬਚਨ ਦਾ ਯਤਨ ਕਰਦੇ ਪਏ ਨੇ ਸਾਈਕਲਾਂ ਤੇ ਆਉਣ ਜਾਣ ਵਾਲੇ ਮੋਟਰਸਾਈਕਲਾਂ ਤੇ ਆਉਣ ਜਾਣ ਵਾਲਿਆਂ ਨੂੰ ਵੀ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਪਰ ਅਸੀਂ ਕਈ ਵਾਰ ਪ੍ਰੋਗਰਾਮਾਂ ਵਿੱਚ ਜ਼ਿਕਰ ਕੀਤਾ ਕਿ ਇੱਥੇ ਵਿਚਾਰ ਰੱਖਣ ਦੀ ਵੀ ਜ਼ਰੂਰਤ ਹੈ। ਅਸੀਂ 2 ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਪੰਜਾਬ ਸਰਕਾਰ ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਐਡਵਾਈਜ਼ਰੀ ਵੀ ਜਾਰੀ ਕੀਤੀ ਸੀ ਕਿ 2-4 ਦਿਨ ਦੀ ਠੰਡ ਹੋ ਰਹੀ ਹੈ, ਥੋੜਾ ਜਿਹਾ ਵਿਚਾਰ ਰੱਖਣਾ ਪੈਣਾ। ਜਦੋਂ ਅੰਗੀਠੀ ਦੀ ਗੱਲ ਕਰਦੇ ਹਾਂ, 2 ਸਾਲ ਦਾ ਉਹ ਬੱਚਾ, ਪਰਿਵਾਰ ਤਾਂ ਇਸ ਕਰਕੇ ਅੰਗੀਠੀ ਵਾਲ ਕੇ ਸੁੱਤਾ ਸੀ ਕਿ ਚੱਲ ਨਿਕਲ ਆਊਗਾ। ਬੱਚੇ ਵੇ ਸੌਣ ਲੱਗੇ ਅਸੀਂ ਵੀ ਆਰਾਮ ਨਾਲ ਸੌਵਾਂਗੇ ਪਰ ਕਿਸੇ ਨੂੰ ਕੀ ਪਤਾ ਸੀ ਐਦਾਂ ਹੋ ਜਾਣਾ। ਇਹ ਖਬਰਾਂ ਪਿਛਲੇ ਸਾਲ ਵੀ ਆਈਆਂ ਉਸ ਤੋਂ ਪਿਛਲੇ ਸਾਲ ਵੀ ਆਈਆਂ ਉਸ ਤੋਂ ਪਹਿਲਾਂ ਵੀ ਆਉਂਦੀਆਂ ਰਹੀਆਂ ਪਰ ਅਸੀਂ ਇਹ ਕਹਿੰਦੇ ਹਾਂ ਕਿ ਇਹ ਖਬਰ ਆਖਰੀ ਹੋਵੇ ਇਸ ਤੋਂ ਬਾਅਦ ਅੱਗੇ ਕਦੀ ਵੀ ਐਦਾਂ ਨਾ ਘਟਨਾ ਵਾਪਰੇ ਵਕਫਾਕ ਲੋਕਾਂ ਤੱਕ ਆਵਾਜ਼ ਪਹੁੰਚਣੀ ਚਾਹੀਦੀ ਹੈ ਕਿ ਜਿਹੜੇ ਘਰਾਂ ਦੇ ਵਿੱਚ ਅੰਗੀਠੀ ਬਾੜ ਲੈਂਦੇ ਆ ਉਹਦਾ ਨੁਕਸਾਨ ਕਿਤਨਾ ਕਿਤੇ ਹੁੰਦਾ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕੰਮ ਸਸਤੇ ਦੇ ਵਿੱਚ ਸਰ ਸਕਦਾ ਪਰ ਕੋਲਾ ਵੀ ਸਸਤਾ ਨਹੀਂ ਅੱਜ ਦੇ ਸਮੇਂ ਪਰ ਰੋਟੀ ਪਾਣੀ ਵੀ ਬਣਾਉਂਦੇ ਆ ਉਹਦੇ ਕਰਕੇ ਬਾਅਦ ਦੇ ਵਿੱਚ ਬਾੜ ਲੈਂਦੇ ਆ ਇੱਕ ਸਮਾਂ ਸੀ ਜਦੋਂ ਪਿੰਡਾਂ ਦੇ ਵਿੱਚ ਬਜ਼ੁਰਗ ਬਾਥੀਆਂ ਦਾ ਬਾਥੀਆਂ ਜਦੋਂ ਵੱਡੀਆਂ ਸੀਗੀਆਂ ਤਾਂ ਉਹਨੂੰ ਥੱਲੇ ਦੇ ਪਾਸੇ ਕਿਤੇ ਖੁੱਲੇ ਜਿਹੇ ਲੋਹਾਂਡੇ ਵਿੱਚ ਕਹਿ ਸਕਦੇ ਆ ਰੱਖ ਲੈਂਦੇ ਸੀ ਕਿ ਸਰੀਰ ਨੂੰ ਨਿਗ ਰਵੇ ਹੁਣ ਵੱਖ-ਵੱਖ ਸਮੇਂ ਦੇ ਦੌਰਾਨ ਬਜ਼ੁਰਗ ਦਰਵਾਜ਼ੇ ਵੀ ਖੋਲ ਕੇ ਰੱਖਦੇ ਸੀ ਖਿੜਕੀਆਂ ਵੀ ਖੁੱਲੀਆਂ ਹੁੰਦੀਆਂ ਸੀਗੀਆਂ ਪਰ ਅੱਜ ਦੇ ਸਮੇਂ 'ਚ ਗੱਲਾਂ ਹੋਰ ਨੇ ਹੀਟਰ ਆ ਗਏ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪਰ ਮਸਲਾ ਇਹ ਹੈ ਕਿ ਜਿਸ ਹੱਬ ਦੇ ਨਾਲ ਅੱਜ ਇੱਕ ਹੋਰ ਖਬਰ ਜੁਪੀ ਤੋਂ ਆ ਗਈ ਹੈ ਇੱਕ ਹੀ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਕਿਉਂ ਕਿ ਉਹਨਾਂ ਦੀ ਵੀ ਅੰਗੀਠੀ ਵਾਲੀ ਸੀ ਦਿੱਲੀ ਤੋਂ ਖਬਰ ਆ ਗਈ ਤਿੰਨ ਜੀਆਂ ਦੀ ਉੱਥੇ ਮੌਤ ਹੋਈ ਹੈ ਇੱਕ ਦਿਨ ਦੇ ਵਿੱਚ 9 ਮੌਤਾਂ ਹੋ ਜੈਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸੋ ਭਾਈ ਸਾਰਿਆਂ ਨੂੰ ਅਪੀਲ ਹੈ ਕਿ ਠੰਡ ਤੋਂ ਬਚਣਾ ਤਾਂ ਚਾਹੀਦਾ ਪਰ ਜੇਕਰ ਅੰਗੀਠੀ ਅੰਦਰ ਵਾਲੀ ਹੈ ਉਸ ਤੋਂ ਵਿਚਾਰ ਰੱਖਣਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਦੌਰਾਨ ਇੱਕ ਖਤਰਾ ਇੱਕ ਨੁਕਸਾਨ ਵੱਡੇ ਪੱਧਰ ਤੇ ਹੋ ਸਕਦਾ ਹੈ ਆ ਪਿਛਲੇ ਸਾਲ ਬਠਿੰਡੇ ਦੇ ਕੋਲ ਇੱਕ ਪੈਲਸ ਦੇ ਵਿੱਚ ਜਿਹੜੇ ਕੰਮ ਕਰਕੇ ਰਾਤ ਨੂੰ ਸੁੱਤੇ ਸੀਗੇ ਸਫਾਈ ਸਾਰੀ ਕਰਕੇ ਤੇ ਸਵੇਰੇ ਉੱਠਦੇ ਉਹਨਾਂ ਦੇ ਵਿੱਚੋਂ 5 ਜਣਾਂ ਦੀ ਮੌਤ ਹੋ ਚੁੱਕੀ ਸੀ ਬਹੁਤ ਵੱਡੀਆਂ ਖਬਰਾਂ ਨੇ ਸੋ ਸਾਰਿਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਅੱਗੇ ਵੱਧੀਆਂ ਗੱਲ ਕਰਨੀ ਹੈ ਪੰਜਾਬ ਦੇ ਵਿਕਾਸ ਕਾਰਜਾਂ ਦੀ ਕੇਂਦਰ ਸਰਕਾਰ ਵੱਖ-ਵੱਖ ਸੂਬਿਆਂ ਦੇ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰ ਰਹੀ ਹੈ ਵੱਖ-ਵੱਖ ਸਿਆਸਤਦਾਨ ਜਿੱਥੇ ਵੀ ਚੋਣਾ ਹੁੰਦੀਆਂ ਉੱਥੇ ਜਾ ਕੇ ਐਲਾਨ ਕਰਦੇ ਨੇ ਉੱਥੇ ਜਾ ਕੇ ਕੇਂਦਰ ਸਰਕਾਰ ਨੇ ਜੋ ਗਰੰਟੀਆਂ ਦਿੱਤੀਆਂ ਉਹਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਦੇ ਚਿਹਰੇ ਤੇ ਵੋਟਾਂ ਵੀ ਵਟੋੜਨੀਆਂ ਇਸ ਕਰਕੇ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਪਰ ਨਾਲ ਦੀ ਨਾਲ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਜਾ ਰਿਹਾ ਹੈ ਜੇਕਰ ਅੱਜ ਗੱਲ ਕਰੀਏ ਹੁਸ਼ਿਆਰਪੁਰ ਦੀ ਤਾਂ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਅੱਜ ਕੇਂਦਰੀ ਮੰਤਰੀ ਨਿਤਨ ਗੜਕਰੀ ਹੋਰੀ ਪਹੁੰਚੇ ਗੜਕਰੀ ਸਾਹਿਬ ਨੇ 4000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ ਹਾਲਾਂਕਿ ਸੱਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੂੰ ਵੀ ਦਿੱਤਾ ਗਿਆ ਸੀ ਪਰ ਉੱਥੇ ਪਹੁੰਚੇ ਨਹੀਂ ਇਸ ਮਾਮਲੇ ਨੂੰ ਲੈ ਕੇ ਸੁਨੀਲ ਜਾਖੜੂਰਾਂ ਨੇ ਵੀ ਤੰਜ ਕੱਸਿਆ ਸ਼ਾਇਦ ਕਹਿੰਦੇ ਧੁੰਦ ਹੋਊਗੀ ਹੈਲੀਕਾਪਟਰ ਨਾ ਉੱਡਿਆ ਹੋਵੇ ਚਲੋ ਸਿਆਸਤਦਾਨਾਂ ਦਾ ਤੰਜਲਾ ਉਹੀ ਕੱਸਣਾ ਹੀ ਹੁੰਦਾ ਹੈ ਪਰ ਜੇਕਰ ਨਿਤਿਨ ਗੜਗਰੀ ਹੁਰਾਂ ਦਾ ਜ਼ਿਕਰ ਕਰੀਏ ਤਾਂ ਉਹਨਾਂ ਨੇ ਅੱਜ ਦੋ ਤਿੰਨ ਗੱਲਾਂ ਅਹਿਮ ਕੀਤੀਆਂ ਉਹ ਕਹਿੰਦੇ ਕਿ ਮੈਂ ਆਪਣੇ ਸਮੇਂ ਦੇ ਦੌਰਾਨ ਜੇਕਰ ਮੈਨੂੰ ਇਹ ਮਹਿਕਮਾ ਦਿੱਤਾ ਮੰਤਰਾਲਾ ਦਿੱਤਾ ਤਾਂ ਮੈਂ ਬੜੇ ਦਿਲੋਂ ਸੇਵਾ ਨਿਭਾਈ ਹੈ ਤੇ ਸਭ ਤੋਂ ਵੱਧ ਸੜਕਾਂ 2014 ਤੋਂ ਲੈ ਕੇ 2024 ਦੇ ਦੌਰਾਨ ਬਣੀਆਂ ਤੇ ਬਣਨੀਆਂ ਵੀ ਆਉਣ ਵਾਲੇ ਸਮੇਂ ਦੇ ਦੌਰਾਨ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਅਟਲ ਬਿਹਾਰੀ ਬਾਜਪਾਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਦੇਸ਼ ਦੇ ਵਿੱਚ ਜੇਕਰ ਸੜਕਾਂ ਵਧੀਆ ਹੋਣਗੀਆਂ ਤਾਂ ਫਿਰ ਪਿੰਡਾਂ ਨੂੰ ਜੋੜਨ ਦਾ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਕਹਿੰਦੇ ਏਸੀ ਗੱਲ ਨੂੰ ਲੈ ਕੇ ਉਹਨਾਂ ਨੇ ਉਸ ਵੇਲੇ ਮਿਹਨਤ ਕੀਤੀ ਤੇ ਪ੍ਰਧਾਨ ਮੰਤਰੀ ਜਦੋਂ ਅਟਲ ਵਿਹਾਰੀ ਬਾਜਪਾਈ ਸੀ ਪਿੰਡਾਂ ਨੂੰ ਜੋੜਨ ਦੀ ਗੱਲ ਕੀਤੀ ਸੀ ਇਸੇ ਸੋਚ ਨੂੰ ਅੱਗੇ ਵਧਾਇਆ ਤੇ ਮੇਰੇ ਕੋਲ ਕਹਿੰਦੇ ਜਦੋਂ ਮੰਤ్రਾਲਾ ਆਇਆ ਜਦੋਂ ਦੱਖਣ ਦੇ ਵਿੱਚ ਵੀ ਕਹਿੰਦੇ ਮੇਰੇ ਕੋਲ ਮਹਿਕਮਾ ਸੀ ਉਦੋਂ ਵੀ ਮੈਂ ਬਹੁਤ ਕੰਮ ਕੀਤਾ ਹੁਣ ਵੀ ਕਰਨਾ ਆਉਣ ਵਾਲੇ ਸਮੇਂ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਇਸ ਵੇਲੇ 4000 ਕਰੋੜ ਰੁਪਏ ਦੇ ਸੜਕਾਂ ਦਾ ਨਿਰਮਾਣ ਹੋਣਾ ਉਹਦੇ ਵਿੱਚ ਫਗਵਾੜਾ ਰੋਡ ਜਿਹੜਾ ਹੁਸ਼ਿਆਰਪੁਰ ਤੋਂ ਫਗਵਾੜੇ ਵਾਲੀ ਸੜਕ ਹੈ ਉਹ 4 ਲੇਨ ਬਣਨੀ ਹੈ ਹੋਰ ਵੀ ਬਹੁਤ ਸਾਰੀਆਂ ਥਾਮਾ ਦਸੂਏ ਵਾਲੇ ਪਾਸੇ ਭਉਪੁਰ ਇਹਨਾਂ ਸਾਰੀਆਂ ਥਾਮਾਂ ਤੇ ਵਿਕਾਸ ਕਾਰਜ ਸ਼ੁਰੂ ਆਉਣ ਵਾਲੇ ਸਮੇਂ ਚ ਹੋ ਜਾਣੇ ਆ ਸੋ ਚੰਗੀ ਗੱਲ ਹੈ ਕਿ ਇਸ ਤਰ੍ਹਾਂ ਦੇ ਉਦਘਾਟਨ ਕੀਤੇ ਐ ਦੂਸਰੇ ਨੰਬਰ ਤੇ ਉਹਨਾਂ ਨੇ ਇਥਨੋਲ ਦੀ ਗੱਲ ਕੀਤੀ ਹੈ ਕਹਿੰਦੇ ਕਿ ਪ੍ਰਦੂਸ਼ਣ ਤੋਂ ਮੁਕਤ ਗੱਡੀਆਂ ਹੋਣੀਆਂ ਚਾਹੀਦੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਦੂਸ਼ਣ ਇਸ ਵੇਲੇ ਵਧਦਾ ਜਾ ਰਿਹਾ ਹੈ ਦਿੱਲੀ ਵਿੱਚ ਭਾਵੇਂ ਪਰਾਲੀ ਨੂੰ ਮੁੱਖ ਤੌਰ ਤੇ ਪ੍ਰਦੂਸ਼ਣ ਦੇ ਤੌਰ ਤੇ ਦੇਖਿਆ ਜਾਂਦਾ ਦੋ ਤਿੰਨ ਮਹੀਨੇ ਪਰ ਵਾਧਾ AQI ਲੈਵਲ ਬਾਕੀ ਦਿਨਾਂ ਵਿੱਚ ਵੀ ਹੈ ਉਸਲੇ ਪ੍ਰਾਲੀ ਨਹੀਂ ਉੱਥੇ ਸੜਦੀ ਬਲਦੀ ਫਿਰ ਕਿਉਂ ਸਿਰਫ ਪ੍ਰਾਲੀ ਨੂੰ ਹੀ ਦੋਸ਼ ਦਿੱਤਾ ਜਾਂਦਾ ਹੈ ਇਹਦੇ ਬਹੁਤ ਸਾਰੇ ਕਾਰਨ ਨੇ ਸਿਆਸੀਕਰਨ ਵੀ ਕਈ ਵਾਰੀ ਹੋ ਜਾਂਦਾ ਪਰ ਗੜਕਰੀ ਸਾਹਿਬ ਕਹਿੰਦੇ ਨੇ ਕਿ ਮੇਰੇ ਕੋਲ ਵੀ ਜਿਹੜੀ ਗੱਡੀ ਹੈ ਉਹ ਪ੍ਰਦੂਸ਼ਣ ਨਹੀਂ ਕਰਦੀ ਇਥਨੋਲ ਤੋਂ ਸਾਰਾ ਕੁਝ ਬਣਿਆ ਹੋਇਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਪ੍ਰੋਜੈਕਟ ਵੀ ਇਸ ਤਰ੍ਹਾਂ ਦਾ ਲੈ ਕੇ ਆਵਾਂਗੇ ਜਿਹਦੇ ਕਰਕੇ ਦੇਸ਼ ਦੇ ਵਿੱਚ ਪ੍ਰਦੂਸ਼ਣ ਘਟੇ ਫੈਸਲਾ ਚੰਗਾ स्वागत योग्य फैसला नितिन गडकरी ਹੋਰਾਂ ਨੇ ਹੁਸ਼ਿਆਰਪੁਰ ਦੇ ਵਿੱਚ ਕੀ ਕੀ ਕਿਹਾ ਇੱਕ ਨਜ਼ਰ ਪਹਿਲਾਂ ਉਧਰ ਵੀ ਮਾਰਤੇ ਆ ਕਿਉਂਕਿ ਅੱਜ ਜੋ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਉਹ ਕਹਿੰਦੇ ਨੇ ਕਿ ਪੂਰੇ ਭਾਰਤ ਵਿੱਚ ਹੀ ਅਸੀਂ ਸੜਕਾਂ ਬਣਾਵਾਂਗੇ ਸੋ ਚੰਗੀ ਗੱਲ ਹੈ ਦੇਖਦੇ ਹਾਂ ਗੜਕਰੀ ਸਾਹਿਬ ਨੇ ਕੀ ਕੀ ਕਿਹਾ ਐਸੇ ਇਥੇ ਜਿਨ ਮੇਂ ਝਗੜਾ ਚੱਲ ਰਹਾ ਥਾ ਮੂਝੇ ਇਸ ਬਾਤ ਕੇ ਖੁਸ਼ੀ ਹੈ ਕਿ ਮੈਨੇ ਉਸ ਸਮੇਂ ਸਭੀ ਮੁੱਖ ਮੰਤਰੀਓ ਕੋ ਬੁਲਾਕਰ 17 ਝਗੜੇ ਸਮਾਪਤ ਕਰ ਦਈਏ आज पंजाब में पानी सबसे इम्पोर्टेंट है और मुझे खुशी है कि भारत और पाकिस्तान का निर्माण होने के बाद तीन नदियां भारत को मिली और तीन नदियां हमारी पाकिस्तान को मिली और हमारे तीन नदियों के पानी पर जो अधिकार का पानी था वो पाकिस्तान में बहरा था और मैंने निर्णय किया और कश्मीर के उस समय सत्यपाल पलिक राज्यपाल थे उनसे पंजाब के हमारे आदरणीय मुख्यमंत्री दोनों के बीच में सुलह कर दी और जिसके कारण पंजाब में और पानी उपलब्ध होगा मुझे याद है कि भटिंडा के तरफ जो इंदिरा कैनाल था वो जगह जगह टूट गया था जिसके कारण काफी नुकसान हो रहा था जमीन भी खराब हो रही थी बादल साहब बार बार आकर सीनियर बादल साहब प्रकाश सिंह जी मेरे पास कहते थे कि इसका उपाय ढूंढो उस समय मैंने ढाई हजार करोड़ रुपए दिए और इंदिरा कैनाल का कॉन्क्रीटीकरण किया अभी मैं राजस्थान में था इसके कारण राजस्थान के सात जिलों को पानी मिला है और पंजाब की जमीन जो खराब हो रही थी उससे बच गई है शाहपुर कंडी बांध परियोजना जो थी उसको भी मैंने उस समय मंजूरी देने का काम किया और मंत्रिमंडल में राष्ट्रीय परियोजना के रूप में उसको मंजूरी मिली है मुझे बहुत खुशी है कि पंजाब में लगातार अनेक जगह पर बहुत अच्छे तरीके से हमने काम किया मैं किसान हूं और खास तौर पर मैं जब भी आता हूं पंजाब में तो एक बात का जिक्र करता हूं कि हमारा किसान केवल अन्नदाता नहीं है तो हमारा किसान ऊर्जा दाता है हमारा किसान जो है केवल ऊर्जा दाता नहीं तो हमारा किसान अब विटोमिन दाता है मैं आप सबको अनुरोध करता हूं कि अभी हमने टेक्नोलॉजी हासिल की है जो यशस्वी हुई है कि परली को जलाने के बजाय परली से बायो विटोमिन तैयार होगा हरियाणा में हमने एक प्रोजेक्ट डाला है इंडियन ऑयल के द्वारा जहां एक लाख टन परली इकट्ठा हुई है और परली से एक लाख लीटर इथेनॉल बनेगा रोज और डेढ़ सौ टन बायो विटामिन बनेगा और अब हवाई ईंधन एविएशन फ्यूल जिसके ऊपर हवाई जहाज चलेंगे वो बनने की शुरुआत हुई है मैं पंजाब के किसानों को आह्वान करूंगा कि आप परली जलाइए मत ਮੈਨੇ ਖੁਦ ਆਪਣੇ ਹਾਂ 5 ਟਨ ਪਰਲੀ ਸੇ 1 ਟਨ ਬਾਇਓ ਸੀएनजी ਔਰ ਬਾਇਓ ਐਲएनजी ਬਣਤਾ ਹੈ ਨਿਤਿਨ ਗੜਕਰੀ ਹੁਰਾ ਤੁਸੀਂ ਸੁਣਿਆ ਕਿਉਂਕਿ ਜਿਸ ਸਾਹਬ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਕਿਸਾਨਾਂ ਦੀ ਪਹਿਲਾਂ ਵੀ ਗੱਲ ਕੀਤੀ ਹੈ ਕਿਸਾਨਾਂ ਦੇ ਹੱਕ ਦੀ ਗੱਲ ਹਮੇਸ਼ਾ ਕਰਾਂਗੇ ਪਰ ਇਥੋਨੋਲ ਵਾਲੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਵਾਕਈ ਇਹ ਧਿਆਨ ਮੰਗਦੀ ਹੈ ਨਿਤਿਨ ਗੜਕਰੀ ਹੁਰਾ ਦੀ ਗੱਲ ਕਰ ਰਹੇ ਸੀ ਹੁਸ਼ਿਆਰਪੁਰ ਦੇ ਵਿੱਚ ਆ ਕੇ ਜਿਸ ਸਾਹਬ ਦੇ ਨਾਲ ਉਹਨਾਂ ਨੇ ਵਿਕਾਸ ਪ੍ਰੋਜੈਕਟਾਂ ਦੀ ਗੱਲ ਕਹੀ ਹੈ ਨਾਲ ਦੀ ਨਾਲ ਇਥਨੋਲ ਦੀ ਤੋਂ ਸਾਰੇ ਵਾਹਨਾਂ ਨੂੰ ਚਲਾਇਆ ਵੀ ਜਾਣਾ ਇਹ ਵੀ ਗੱਲ ਕਹੀ ਹੈ ਪਰਾਲੀ ਦਾ ਮੁੱਦਾ ਬਹੁਤ ਗੰਭੀਰ ਹੈ ਪੂਰੇ ਦੇਸ਼ ਦੇ ਵਿੱਚ ਗੰਭੀਰ ਹੈ ਕਈ ਥਾਵਾਂ ਤੇ ਪਰਾਲੀ ਸਾੜੀ ਜਾਂਦੀ ਪੰਜਾਬ ਦੇ ਵਿੱਚੋਂ ਵੀ ਖਬਰਾਂ ਆਉਂਦੀਆਂ ਪਰ ਗੜਕਰੀ ਸਾਹਿਬ ਕਹਿੰਦੇ ਆ ਕਿ ਜੇਕਰ ਇਸ ਤੋਂ ਗੱਡੀਆਂ ਚੱਲ ਜਾਣੀਆਂ ਆਉਣ ਵਾਲੇ ਸਮੇਂ ਦੇ ਦੌਰਾਨ ਕਿਸਾਨਾਂ ਦਾ ਮਸਲਾ ਵੀ ਹੱਲ ਹੋ ਜਾਏਗਾ ਕਿਸਾਨਾਂ ਨੂੰ ਆਮਦਨ ਵੀ ਹੋਵੇਗੀ ਤੇ ਪੈਟਰੋਲ ਤੇ ਡੀਜ਼ਲ ਜਿਹੜਾ ਵੱਧ ਵਰਤ ਤੋਂ ਜਦੀ ਕੀਤੀ ਜਾਂਦੀ ਹੈ ਉਹਦੇ ਮੁੱਲ ਵੀ ਠੀਕ ਹੋ ਸਕਦੇ ਨੇ सरकार की नीति है बारे के नहीं जा सकता। बारे पता लगेगा। पर शुरू हो गया है और छत्तीस प्लांट पूरे हुए है आपके ट्रैक्टर आपकी बस आपकी ट्रक इसी सी एनजी पे चल सकती है और जो गन्ने के जूस से मोलाइसिस से, से ब्रोकन राइस से और मके से जो इथेनॉल बनता है उस इथेनॉल पर अब गाड़ियां चलती है 20 परसेंट पेट्रोल में इथेनॉल डाला जाता है और मुझे खुशी है कि 2004 से लेकर मैं इस बात का लगातार जिक्र करते आया हूं उसके पीछे लगा हूं मेरे पास टोयोटा कंपनी की इनोवा गाड़ी है मैं आप सबको आमंत्रित करता हूं कि एक बार मेरे घर इसको देखने के लिए आई है ये गाड़ी किसानों ने तैयार किए हुए हंड्रेड परसेंट बायो इथेनॉल पर चलती है 60 परसेंट बिजली तैयार करती है और 40 परसेंट इथेनॉल पे चलती है अगर एवरेज से हिसाब किया जाएगा तो पच्चीस रूपये लीटर पेट्रोल का भाव होगा ऐसी इसकी है इसलिए इसमें ग्राहकों का भी फायदा है प्रदूषण भी नहीं है और किसानों को भी पैसा मिलेगा मैं आपको बताना चाहता हूं कि अब टोयोटा के साथ साथ, साथ सभी कंपनियां फ्लेक्स इंजन की गाड़ियां ला रही हैं और मैं आपसे आग्रह करूंगा कि पेट्रोल के बजाय इथेनॉल का उपयोग करिए जिसमें गांव गरीब मजदूर किसान का कल्याण होगा किसान समृद्ध और संपन्न होंगे मुझे इस बात की खुशी है कि बजाज टीवीएस हीरो होंडा सबने अपने टू व्हीलर और ऑटो रिक्शा फ्लेक्स इंजीनियरिंग इथेनॉल पर चालू किए हैं जल्दी ही इंडियन ऑयल तीन इथेनॉल के पंप देश में डाल रही है और आप इथेनॉल की इथेनॉल की मोटरसाइकिल स्कूटर ऑटो रिक्शा ਅਗਰ ਲੇਗੇ ਤਾਂ ਪ੍ਰਦੂਸ਼ਣ ਘੱਟ ਹੋਗਾ ਔਰ ਇਸ ਦੇਸ਼ ਕਾ ਕਿਸਾਨੋ ਕਾ ਕਲਿਆਣ ਹੋਗਾ ਅੱਗੇ ਵੱਧਦੇ ਹਾਂ ਗੱਲ ਕਰਨੀਆਂ ਸਿਆਸਤ ਦੀ ਪੰਜਾਬ ਦੀ ਰਾਜਨੀਤੀ ਵਿੱਚ ਜਿਸ ਹਿਸਾਬ ਦੇ ਨਾਲ ਹਲਚਲ ਹੋ ਰਹੀ ਹੈ ਜਿਸ ਹਿਸਾਬ ਦੇ ਨਾਲ ਗੱਠਜੋੜ ਦੀ ਕਦੀ ਚਰਚਾ ਚੱਲਦੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਭਾਜਪੀ ਦੇ ਨਾਲ ਕਾਂਗਰਸ ਦਾ ਆਮ ਆਦਮੀ ਪਾਰਟੀ ਦੇ ਨਾਲ ਕਈ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਪਰ ਹਰ ਰੋਜ਼ ਮੀਟਿੰਗਾਂ ਤੋਂ ਬਾਅਦ ਕਿਸੇ ਨਤੀਜੇ ਤੇ ਕੋਈ ਵੀ ਗੱਲ ਨਿਕਲਦੀ ਨਹੀਂ ਜੇਕਰ ਕਾਂਗਰਸ ਦੀ ਗੱਲ ਕਰੀਏ ਉਹਨਾਂ ਦੇ ਸਿਆਸਤਦਾਨ ਕਹਿੰਦੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਬਿਲਕੁਲ ਵੀ ਨਹੀਂ ਕਰਨਾ ਇੱਲੇ ਰਾਜ਼ੀ ਨਹੀਂਗੇ ਫੈਸਲਾ ਹਾਈ ਕਮਾਨ ਨੇ ਲੈਣਾ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਿਲਕੁਲ ਤਿਆਰ ਹੈ ਗੱਠ ਜੁੜ ਕਰਨ ਦੇ ਲਈ ਪਰ ਸੀਟ ਸ਼ੇਅਰਿੰਗ ਨੂੰ ਲੈ ਕੇ ਇੱਥੇ ਮਸਲਾ اٹਕਿਆ ਹੋਇਆ ਇਸੇ ਤਰ੍ਹਾਂ ਦੀਆਂ ਸੰਭਾਵਨਾਵਾਂ ਦੂਜੇ ਸੂਬਿਆਂ ਦੇ ਵਿੱਚ ਵੀ ਨੇ ਕਿ ਗੱਠ ਜੋੜ ਹੋ ਸਕਦਾ ਜਾਂ ਨਹੀਂ ਹੋ ਸਕਦਾ ਦਿੱਲੀ ਤੇ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਸਿਆਸਤਦਾਨ ਮੰਨਣ ਨੂੰ ਤਿਆਰ ਨਹੀਂ ਪਰ ਬਾਕੀ ਸੂਬਿਆਂ ਦੇ ਵਿੱਚ ਹੋ ਸਕਦਾ ਗੱਲ ਬਣ ਜਵੇ ਪਰ ਪੱਛਮੀ ਬੰਗਾਲ ਦੇ ਵਿੱਚ ਵੀ ਕਿਹੜਾ ਗੱਲ ਬਣਦੀ ਦਿਖਾਈ ਦੇ ਰਹੀ ਆ ਮਮਤਾ ਬੈਨਰਜੀ ਦੇ ਨਾਲ ਜਿਸ ਹਸਾਬ ਦੇ ਨਾਲ ਗੱਠਜੋੜ ਨੂੰ ਲੈ ਕੇ ਚਰਚਾ ਚੱਲਦੀਆਂ ਨੇ ਅਗਲੇ ਵੱਧ ਸੀਟਾਂ ਮੰਗਦੇ ਕਾਂਗਰਸ ਕਹਿੰਦੇ ਸਾਨੂੰ ਇੰਨੀਆਂ ਸੀਟਾਂ ਚਾਹੀਦੀਆਂ ਉੱਥੇ ਤੱਕ ਵੀ ਅਜੇ ਸਮਝੌਤਾ ਨਹੀਂ ਹੋ ਰਿਹਾ ਸਮਝੌਤਾ ਤਾਂ ਬਿਹਾਰ ਦੇ ਵਿੱਚ ਵੀ ਨਹੀਂ ਹੋ ਰਿਹਾ ਰਾਜਸਥਾਨ ਦੇ ਵਿੱਚ ਹੋਣਾ ਕਿ ਨਹੀਂ ਕਿਹਾ ਨਹੀਂ ਜਾ ਸਕਦਾ ਪਰ ਇਹਨਾਂ ਜ਼ਰੂਰ ਹੈ ਪੰਜਾਬ ਦਿੱਲੀ ਜਾਂ ਫਿਰ ਪੱਛਮੀ ਬੰਗਾਲ ਉਸ ਤੋਂ ਬਾਅਦ ਬਿਹਾਰ ਇਹ ਉਹ ਸੂਬੇ ਨੇ ਜਿੱਥੇ ਸਭ ਤੋਂ ਜ਼ਿਆਦਾ ਚਰਚਾਵਾ ਚੱਲਦੀਆਂ ਪੱਛਮੀ ਬੰਗਾਲ ਵੀ ਇਹਨਾਂ ਦੇ ਵਿੱਚੋਂ ਇੱਕ ਹੈ ਪਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਹੋ ਸਕਦਾ ਪੰਜਾਬ ਦੇ ਵਿੱਚ 7-7 ਸੀਟਾਂ ਤੇ ਸਮਝੌਤਾ ਬਣ ਜਾਵੇ ਪਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 10 ਸੀਟਾਂ ਮੰਗ ਰਹੀ ਹੈ ਇਹਨੂੰ ਲੈ ਕੇ ਕਈ ਲੀਡਰ ਤਿਆਰ ਨਹੀਂਗੇ ਪਰ ਜਦੋਂ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਤਾਂ ਉੱਥੇ ਹੀ ਪੰਜਾਬ ਦੇ ਕਈ ਸਿਆਸਤਦਾਨ ਨੇ ਜਿਹੜੇ ਕਹਿੰਦੇ ਪਏ ਆ ਕਿ ਇਦਾਂ ਦੀ ਤਾਂ ਕੋਈ ਗੱਲ ਹੈ ਨਹੀਂਗੀ ਪਰ ਠੀਕ ਹੈ ਪੰਜਾਬ ਦੇ ਵਿੱਚ ਕਾਂਗਰਸ ਨੂੰ ਲੈ ਕੇ ਕਈ ਤਰ੍ਹਾਂ ਦਾ ਕੂੜ ਪ੍ਰਚਾਰ ਵੀ ਕਹਿੰਦੇ ਕੀਤਾ ਜਾ ਰਿਹਾ ਹੈ ਅਮਰਿੰਦਰ ਸਿੰਘ ਰਾਜਵੜਿੰਗ ਦੀ ਗੱਲ ਜ਼ਿਕਰ ਕਰੀਏ ਵੜਿੰਗ ਸਾਹਿਬ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਉਹ ਕਹਿੰਦੇ ਤੁਸੀਂ ਦੱਸੋ ਸਹੀ ਕਿ ਕੁਝ ਲੀਡਰ ਤੁਹਾਡੇ ਨਾਲ ਆਉਣ ਨੂੰ ਤਿਆਰ ਨਹੀਂ ਮੀਟਿੰਗ ਦੇ ਵਿੱਚ ਤੁਹਾਡੇ ਆ ਨਹੀਂ ਰਹੇ ਸਿੱਧੇ ਰੂਪ ਦੇ ਵਿੱਚ ਕਿਸੇ ਨੇ ਪੁੱਛਿਆ ਨਹੀਂ ਪਰ ਅਸਿੱਧੇ ਰੂਪ ਦੇ ਵਿੱਚ ਗੱਲ ਨਵਜੋਤ ਸਿੰਘ ਸਿੱਧੂ ਵੱਲ ਜਾ ਰਹੀ ਸੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਦਵਿੰਦਰ ਜਾਦਵ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਨੇ ਉਹ ਇੱਥੇ ਪਹੁੰਚੇ ਨੇ ਉਹਨਾਂ ਨੇ ਗੱਲਬਾਤ ਕਰਨੀ ਹੈ ਸਿਆਸਤਦਾਨਾਂ ਦੇ ਮਨਾਂ ਦੇ ਵਿੱਚ ਕੀ ਰੋਸ ਗਿਲੇ ਸ਼ਿਕਵੇ ਆ ਉਹ ਜਾਣਨ ਦੀ ਕੋਸ਼ਿਸ਼ ਕਰਨੀ ਹੈ ਪਰ ਨਵਜੋਤ ਸਿੰਘ ਸਿੱਧੂ ਹਿਆਰਪੁਰ ਦੇ ਵਿੱਚ ਆਪਣੀ ਰੈਲੀ ਕਰਨ ਲਈ ਪਹੁੰਚ ਗਏ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਵੜਿੰਗ ਸਾਹਿਬ ਨੂੰ ਤੇ ਉਹਨਾਂ ਨੇ ਕਿਹਾ ਪਾਰਟੀ ਦੀ ਏਕਤਾ ਲਈ ਜੇਕਰ ਕੋਈ ਕੰਮ ਕਰ ਰਿਹਾ ਤਾਂ ਠੀਕ ਹੈ ਰੈਲੀ ਕਰੇ ਚਾਹੇ ਜੋ ਵੀ ਕੋਈ ਕਰਨਾ ਕਰੇ ਪਾਰਟੀ ਦੀ ਏਕਤਾ ਦੀ ਗੱਲ ਹੈ ਪਰ ਜੇਕਰ ਪਾਰਟੀ ਦੀ ਉਲਟ ਗਤੀਵਿਧੀਆਂ ਕੀਤੀਆਂ ਜਾਣਗੀਆਂ ਉਹ ਸਾਨੂੰ ਮਨਜ਼ੂਰ ਨਹੀਂ ਫਿਰ ਹਾਈ ਕਮਾਂਡ ਨੇ ਫੈਸਲਾ ਲੈਣਾ ਜੋ ਵੀ ਲੈਣਾ ਪਰ ਇੱਥੇ ਜੇਕਰ ਰਾਜਾ ਵੜਿੰਗ ਹੁਰਾ ਨੂੰ ਦੇਖੀਏ ਤਾਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਬਹੁਤ ਸਾਰੀਆਂ ਗੱਲਾਂ ਕਹੀਆਂ ਨੇ ਸੀਟ ਸ਼ੇਅਰਿੰਗ ਨੂੰ ਲੈ ਕੇ ਕੀ ਕਿਹਾ ਪੰਜਾਬ ਦੇ ਵਿੱਚ ਕਾਂਗਰਸ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿੰਨੇ ਕ ਸਿਆਸਤਦਾਨ ਇੱਕ ਦੂਸਰੇ ਨਾਲ ਰੁੱਸੇ ਨੇ ਰੁੱਸੇ ਵੀ ਆ ਕਿ ਨਹੀਂ ਵੀ ਰੁੱਸੇ ਆਉਂਦੇ ਦਿਨਾਂ ਨੂੰ ਇਕੱਠੇ ਹੋ ਸਕਦੇ ਨੇ ਜਾਂ ਨਹੀਂ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਇੱਕ ਨਜ਼ਰ ਪਹਿਲਾਂ ਅਮਰਿੰਦਰ ਸਿੰਘ ਰਾਜਾਵੜਿੰਗਹੁਰਾਂ ਦੀ ਉਸ ਗੱਲਬਾਤ ਵੱਲ ਮਾਰਦੇ ਆ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਰਹੀ ਹਰ ਹਰ ਵਿਅਕਤੀ ਨੇ ਆਪਣੇ ਆਪਣੇ ਵਿਚਾਰ ਰੱਖੇ ਕਿਸੇ ਨੇ ਅਲਾਈਸ ਦੀ ਗੱਲ ਕੀਤੀ ਕਿਸੇ ਨੇ ਡਿਸਪਲਿਨ ਦੀ ਗੱਲ ਕੀਤੀ ਕਿਸੇ ਨੇ ਆਉਣ ਵਾਲੇ ਦਿਨਾਂ 'ਚ ਕਿਸ ਪ੍ਰਕਾਰ ਅਸੀਂ ਕੈਂਪੇਨ ਆਫ ਦੀ ਸਟਾਰਟ ਕਰਨੀ ਹੈ ਔਰ ਕਿੱਦਾਂ ਨਰੇਟਿਵ ਸੈੱਟ ਕਰਨੇ ਉਹਦੀ ਗੱਲ ਕੀਤੀ ਇਸ ਨੇ ਸੋਸ਼ਲ ਮੀਡੀਆ ਪਲੈਟਫਾਰਮਸ ਦੀ ਗੱਲ ਕੀਤੀ ਅੱਡ ਅੱਡ ਮੁੱਦਿਆਂ ਤੇ ਚਰਚਾ ਰਹੀ ਔਰ ਸਭ ਨੇ ਆਪਣੇ ਖੁੱਲ੍ਹ ਖੁੱਲ ਕੇ ਵਿਚਾਰ ਰੱਖੇ ਔਰ ਮੇਰਾ ਖਿਆਲ ਪੰਜਾਬ ਦੇ ਪ੍ਰਭਾਰੀ ਦਵਿੰਦਰ ਯਾਦਵ ਜੀ ਉਹਨਾਂ ਨੂੰ ਸਭ ਨੂੰ ਵਿਸਾਰਪੂਰਵਕ ਸੁਣਿਆ ਫਿਰ ਅਲੱਗ ਵੀ ਲੋਕਾਂ ਨੂੰ ਟਾਈਮ ਦਿੱਤਾ 2-2 5-5 ਮਿੰਟ ਦਾ ਔਰ ਉਹਨਾਂ ਨੇ ਵੀ ਕਿਹਾ ਕਿ ਮੈਂ 4 ਦਿਨ ਇੱਥੇ ਹਾਂ ਕੋਈ ਵੀ ਵਿਅਕਤੀ ਕਿਸੇ ਵੇਲੇ ਵੀ ਆਕੇ ਮੈਨੂੰ ਮਿਲਕੇ ਕੋਈ ਹੋਰ ਗੱਲ ਵੀ ਦੱਸ ਸਕਦਾ ਹੈ ਸੋ ਇਸ ਤਰ੍ਹਾਂ ਦਾ ਅੱਜ ਦੀਆਂ ਜਿਹੜਾ ਮੀਟਿੰਗਾਂ ਦਾ سلسلہ ਰਿਆ ਬੜੀ ਸਭ ਕੁਝ ਲੋਕ ਅੱਜ ਨਹੀਂ ਪਹੁੰਚੇ ਤੁਹਾਡੇ ਇੱਥੇ ਉਹਨਾਂ ਦਾ ਕੀ ਕਹਿਣਾ ਸੀ ਸੋ ਮੈਂ ਅੱਜ ਤੁਹਾਡੇ ਸਾਹਮਣੇ ਦੱਸ ਦਿਆਂ ਇੱਕ ਅੱਦਾ মিডিਆ ਚੈਨਲ ਜਿਹੜਾ ਹਮੇਸ਼ਾ ਅੱਜ ਤੱਕ ਡੇਢ ਸਾਲ ਦੇ ਵਿੱਚ ਕੋਈ ਵੀ ਕਾਂਗਰਸ ਪਾਰਟੀ ਦੀ ਉਸ ਬੰਦੇ ਨੇ ਖਬਰ ਨਹੀਂ ਚਲਾਈ ਔਰ ਹਮੇਸ਼ਾ ਨੈਗੇਟਿਵ ਖਬਰ ਫਲਾਉਣ ਦੇ ਵਿੱਚ ਉਹ ਚੈਨਲ ਮਹਰ ਰਿਹਾ ਕਿਉਂ ਇਸ ਕਰਕੇ ਕੇਵਲ ਇੱਕ ਚੈਨਲ ਹਮੇਸ਼ਾ ਖਲਬਲੀ ਪੈਦਾ ਕਰਦਾ ਹੈ ਕਿਸੇ ਨੇ ਬਾਈਕਾਟ ਨਹੀਂ ਕੀਤਾ ਹੁਣ ਮੰਨ ਲਓ ਕੋਈ ਵਿਅਕਤੀ ਅੱਜ ਨਹੀਂ ਆ ਸਕਦਾ ਰਾਜਕੁਮਾਰ ਛੱਬੇਵਾਲ ਜੀ ਦਾ ਅੱਜ ਮਾਤਾ ਜੀ ਬਿਮਾਰ ਹੋ ਗਏ ਉਦਾਹਰਨ ਦੇ ਤੌਰ ਤੇ ਪਹਿਲਾਂ ਕਿਸੇ ਨੇ ਵੀ ਚਲਾਤਾ ਸੀ ਤ੍ਰਿਪਤਰਜਿੰਦਰ ਬਾਜਵਾ ਸਾਹਿਬ ਸੋ ਮੇਰੇ ਕਹਿਣ ਦਾ ਮਤਲਬ ਬਾਈਕਾਟ ਕਾਦਾ ਕਰਨਾ ਹੈ ਉਹਨਾਂ ਸਾਥੀਆਂ ਨੇ ਉਹ ਸਾਡੇ ਸਾਥੀ ਹੈ ਮੈਨੂੰ ਨਹੀਂ ਲੱਗਦਾ ਵੀ ਕਿਸੇ ਪ੍ਰਕਾਰ ਦਾ ਕੋਈ ਰੌਲਾ ਕਰਕੇ ਬਾਈਕਾਟ ਹਾਂ ਪਾਰਕਿਸੇਚਾ ਨਾਲ ਨੂੰ ਜਦੋਂ ਬੇਤਾਸ਼ਾ ਸਰਕਾਰ ਵੱਲੋਂ ਦੌਲਤ ਦਿੱਤੀ ਜਾ ਰਹੀ ਹੋਵੇ ਫਿਰ ਉਹਨੇ ਇਹ ਗੱਲ ਚਲਾਉਣੀ ਹੈ ਜਾਣਬੁੱਝ ਕੇ ਕਿ ਕਾਂਗਰਸ ਪਾਰਟੀ ਦਾ ਜਿਹੜਾ ਇੰਚਾਰਜ ਆਇਆ ਵੇ ਹੈ ਅੱਜ ਉਹਦਾ ਸਾਰਾ ਪ੍ਰੋਗਰਾਮ ਤਾਰਪੀਡੋ ਕਰਨਾ ਹੈ ਸੋ ਇਹ ਜਿਹੜਾ ਸਾਥੀਆਂ ਦੇ ਬਾਈਕਾਟ ਦੀ ਤੁਸੀਂ ਗੱਲ ਕਰ ਰਹੇ ਹੋ ਕੱਲ੍ਹ ਜਾਂ ਪਰਸੋਂ ਤੁਸੀਂ ਦੇਖ ਲਿਓ ਜੋ ਮੀਟਿੰਗਾਂ ਸ਼ਾਮਲ ਹੋਣਗੇ ਤੇ ਆਪ ਦੇ ਪਰਿਵਾਰੀ ਨਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਗਿਲਾ ਸ਼ਿਕਵਾ ਨਹੀਂ ਹੈ नवजोत सिंह सिद्धू के मसले पर चर्चा हुई है अब नवजोत सिंह सिद्धू नवजोत सिंह सिद्धू के मसले पर आदरणीय दविंदर यादव जी जो हमारे प्रभारी हैं हर चीज उनके नॉलेज में हर चीज उनको पता है उसके बारे में जो फैसला लेना होगा दविंदर यादव जी लेंगे ਲੇਕਿਨ ਕੀ ਹੈ ਡਿਸਪਲਿਨ ਪੰਗ ਨੇ ਜਿਨ੍ਹਾਂ ਨੇ ਪਹਿਲੇ ਪਹਿਲੇ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਦੇਖੋ ਜੀ ਗੱਲ ਇਹ ਹੈ ਕਿ ਜੋ ਡਿਸਪਲਿਨ ਪੰਗ ਕਰੇਗਾ ਚਾਹੇ ਉਹ ਸਾਬਕਾ ਕਾਂਗਰਸ ਦਾ ਪ੍ਰਧਾਨ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਉਹਰੇ ਤੇ ਕਾਰਵਾਈ ਬੰਦੀ ਹੈ ਔਰ ਕਾਂਗਰਸ ਪਾਰਟੀ ਜ਼ਰੂਰ ਕਾਰਵਾਈ ਅਗਰ ਕੋਈ ਡਿਸਪਲਿਨ ਪੰਗ ਕਰੇਗਾ ਉਹ ਉਹਰੇ ਤੇ ਹੋਏਗੀ ਸਿੱਧੂ ਜੀ ਨਵਜੋਤ ਸਿੰਘ ਸਿੱਧੂ ਕੀ ਰੈਲੀਆਂ ਕੋ ਕਿਹਾ ਇੰਡੀਸਪਲਿਨ ਮੈਂ ਕਹਿ ਰਹਾ ਹਾਂ ਕਿ वो भी दविंदर यादव जी 100 परसेंट हमने अपनी बात दविंदर यादव जी के सामने रख दी है और क्या नजायज है और क्या जायज है वो दविंदर यादव जी आने वाले दिनों में उसके ऊपर फैसला अलायंस देखो अंदर अलायंस के उत्ते बहुत सारे लीडर ने आधी गल बात क्योंकि तो पूछा नहीं गया हर बंदे ने अपनी अपनी गल रखी और बहुत सारे लोगों ने अपने अपने विचार दिते सो मैं वो मीडिया प्लेटफॉर्म से ਨਹੀਂ ਤੁਹਾਨੂੰ ਉਹ ਦੱਸ ਸਕਦਾ ਲੇਕਿਨ ਹੁਣ ਤੱਕ ਵੀ ਇਹ ਕਹਾਣੀ ਹੈ ਉਹ ਮੈਂ ਦੱਸਣਾ ਚਾਹੁੰਦਾ ਅੱਜ ਕੋਈ ਸੀਟ ਸ਼ੇਅਰਿੰਗ ਦੀ ਗੱਲ ਕਰ ਰਿਹਾ ਸੀ ਹਜੇ ਤੱਕ ਪਾਰਟੀ ਨੇ ਸਾਨੂੰ 13 ਦੀਆਂ 13 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਆ ਸਿੱਖਿਆ ਹਜੇ ਤੱਕ ਕਿਸੇ ਗੱਲ ਦੀ ਅਲਾਈਅੰਸ ਦਾ ਹਾਂ ਆਪਣੇ ਲੋਕਾਂ ਨੇ ਮੰਡੇ ਭਾਅ ਦੱਸੇ ਹੈ ਅਲਾਈਅੰਸ ਬਾਰੇ ਲੇਕਿਨ ਪਾਰਟੀ ਵੱਲੋਂ ਇਸ ਪ੍ਰਕਾਰ ਦਾ ਕੋਈ ਹੁਕਮ ਨਹੀਂ ਹੈ ਕਿ ਤੁਸੀਂ ਅਲਾਈਅੰਸ ਜਾਣਾ ਹੈ ਜਾਂ ਨਹੀਂ ਜਾਣਾ ਹੈ ਜਾਂ ਸੀਟ ਸ਼ੇਅਰਿੰਗ ਹੋਣੀ ਹੈ ਜਾਂ ਨਹੀਂ ਹੋਣੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤੁਸੀਂ ਸੁਣਿਆ ਹੈ ਕਿਉਂਕਿ ਜਿ세 ਹਿਸਾਬ ਦੇ ਨਾਲ ਸੀਟ ਸ਼ੇਅਰਿੰਗ ਦੀ ਗੱਲ ਚੱਲਦੀ ਪਈ ਹੈ ਅਜੇ ਤੱਕ ਗੱਲ ਫਾਈਨਲ ਨਹੀਂ ਹੋ ਰਹੀ ਆਉਂਦੇ ਦਿਨਾਂ ਨੂੰ ਕਦੋਂ ਨੂੰ ਮੀਟਿੰਗਾਂ ਹੋਣੀਆਂ ਨੇ ਕਦੋਂ ਹਾਈ ਕਮਾਂਡ ਨੇ ਹਾਂ ਕਰਨੀਆਂ ਨੇ ਇਹ ਨਹੀਂ ਕਿਹਾ ਜਾ ਸਕਦਾ ਪਰ ਰਾਜਾ ਵੜਿੰਗ ਕਹਿ ਰਹੇ ਨੇ ਕਿ ਸਾਨੂੰ 13 ਸੀਟਾਂ ਲਈ ਹਾਂਮੀ ਭਰ ਦਿੱਤੀ ਗਈ ਹੈ ਏਸੀ ਤਰ੍ਹਾਂ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਦਵਿੰਦਰ ਜਾਦਵ ਹੁਰਾ ਨੇ ਵੀ ਅੱਜ ਇਹੀ ਗੱਲ ਕਹੀ ਹੈ ਕਿ ਸਾਨੂੰ 13 ਸੀਟਾਂ ਤੇ ਚੋਣ ਲੜਨ ਦੀ ਹਾਂ ਹੋ ਚੁੱਕੀ ਹੈ ਸਾਨੂੰ ਰਾਹੁਲ ਗਾਂਧੀ ਹੁਰਾਂ ਦੀ ਹਾਂ ਦਾ ਇੰਤਜ਼ਾਰ ਹੈ ਇਹਦਾ ਮਤਲਬ ਹੈ ਕਿ ਖੜਗੇ ਸਾਹਿਬ ਜਾਂ ਰਾਹੁਲ ਗਾਂਧੀ ਸਾਹਿਬ ਜਿਨ੍ਹਾਂ ਦੀ ਵੀ ਹਾਂ ਹੋਣੀ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਕਾਂਗਰਸ ਇਕੱਲੇ ਚੋਣ ਲੜੇਗੀ ਕੀ ਗੱਠਜੋੜ ਦੀ ਸੰਭਾਵਨਾ ਬਿਲਕੁਲ ਖਤਮ ਖਤਮ ਹੋ ਜਾਵੇਗੀ ਇਸੇ ਤਰ੍ਹਾਂ ਦੀਆਂ ਕੁਝ ਕੁ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬਾਕੀ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਰਾਜਨੀਤੀ ਹੈ ਸਿਆਸਤ ਦੇ ਵਿੱਚ ਬਹੁਤ ਕੁਝ ਬਦਲਦਾ ਰਹਿੰਦਾ ਹੈ 24 ਘੰਟੇ ਦਾ ਬਹੁਤ ਦੂਰ ਦੀ ਗੱਲ ਹੈ 2 ਮਿੰਟ ਦੇ ਵਿੱਚ ਹੀ ਬਹੁਤ ਕੁਝ ਬਦਲ ਜਾਂਦਾ ਹੈ ਤੇ ਜੇਕਰ ਇਸ ਤਰ੍ਹਾਂ ਬਦਲਾ ਆਉਂਦਾ ਤਾਂ ਮੰਨ ਲੈਂਦੇ ਆ ਕਿ ਆਉਂਦੇ ਦਿਨਾਂ ਨੂੰ ਹੋ ਸਕਦਾ ਕਿ ਕਾਂਗਰਸ ਇਕੱਲੀ 13 ਸੀਟਾਂ ਤੇ ਹੀ ਲੜੇ ਜਿਸ ਤਰ੍ਹਾਂ ਰਾਜਾ ਵੜਿੰਗ ਤੇ ਦਵਿੰਦਰ ਜਾਦਵ ਬਾਰ-ਬਾਰ ਕਹਿ ਰਹੇ ਨੇ ਇਹ ਵੀ ਹੋ ਸਕਦਾ ਕਿ ਜੇਕਰ ਸਮਝੌਤਾ ਹੋ ਗਿਆ ਹਾਈ ਕਮਾਂਡ ਨੇ ਹਾਮੀ ਭਰ ਦਿੱਤੀ ਤਾਂ ਫਿਰ ਗੱਟ ਚੋਰ ਤੇ 7-7 ਸੀਟਾਂ ਤੇ ਵੀ ਚੋਣ ਲੜੀ ਜਾ ਸਕਦੀ ਹੈ ਕਿਸ ਤਰ੍ਹਾਂ ਦੇ ਹਾਲਾਤ ਰਹਿੰਦੇ ਨੇ ਇੰਤਜ਼ਾਰ ਰਹੇਗਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੀ ਸਿਆਸਤ ਵਿੱਚ ਭਾਵੇਂ ਸਰਗਰਮੀ ਤੇਜ਼ ਕਰ ਰਹੇ ਨੇ ਪਿਛਲੇ ਦਿਨਾਂ ਦੇ ਦੌਰਾਨ ਕੋਸ਼ਕ ਅਜਿਹੇ ਬਿਆਨ ਵੀ ਉਨ੍ਹਾਂ ਦਿੱਤੇ ਜਿਦੇ ਕਰਕੇ ਚਰਚਾ ਬਹੁਤ ਸਾਰੀ ਹੋਈ ਪਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਕਾਂਗਰਸ ਦੇ ਕਈ ਲੀਡਰਾਂ ਨੂੰ ਲੈ ਕੇ ਮਸਲੇ ਭੱਜਦੇ ਜਾ ਰਹੇ ਨੇ ਜੇਕਰ ਸੁਖਪਾਲ ਸਿੰਘ ਖੈਰਾ ਦਾ ਜ਼ਿਕਰ ਕਰੀਏ ਖੈਰਾ ਸਾਹਿਬ ਦੇ ਨਾਲ ਭਾਵੇਂ ਬਹੁਤੇ ਲੀਡਰ ਨਾ ਚਲਦੇ ਦਿਖਾਈ ਦਿੰਦੇ ਹੁਣ ਪਰ ਇਸ ਵੇਲੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਸ ਤਰ੍ਹਾਂ ਬਿਆਨ ਦਿੱਤਾ ਹੈ ਕੇਸ ਦਰਜ ਕਰਨ ਤੋਂ ਲੈ ਕੇ ਹੁਣ ਤੱਕ ਸਾਰੀ ਗੱਲਬਾਤ ਦੱਸੀ ਹੈ ਉਹ ਧਿਆਨ ਮੰਗਦੀ ਹੈ ਉਹ ਵਕਰੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਚਾਹੇ ਇੰਚਾਰਜ ਸਾਹਿਬ ਪਹੁੰਚੇ ਹੋਏ ਨੇ 4 ਦਿਨ 3 ਦਿਨ ਹੋਰ ਉਹਨਾਂ ਨੇ ਇੱਥੇ ਰਹਿਣਾ ਕਿੰਨੇ ਕ ਲੀਡਰ ਨਾਲ ਚੱਲਦੇ ਐ ਕਿਹੜੇ ਕਿਹੜੇ ਲੀਡਰ ਗੱਲ ਸੁਣਦੇ ਐ ਕੋਈ ਸੁਣਦਾ ਕਿ ਨਹੀਂ ਵੀ ਸੁਣਦਾ ਇਹ ਵੀ ਸਵਾਲ ਹੈ ਕਿਉਂਕਿ ਚਰਚਾ ਤਾਂ ਇਹ ਵੀ ਚੱਲਦੀ ਪਈ ਹੈ ਕਾਂਗਰਸ ਦੇ ਕਈ ਸੀਨੀਅਰ ਲੀਡਰ ਚਾਹੇ ਉਹਦੇ ਵਿੱਚ ਚੰਨੀ ਸਾਹਿਬ ਹੋਣ ਚਾਹੇ ਭਾਰਤ ਪੂਸ਼ਨ ਆਸ਼ੂ ਹੁਣ ਹੋਰ ਵੀ ਕਈ ਸਿਆਸਤਦਾਨਾਂ ਦਾ ਨਾਮ ਆ ਰਿਹਾ ਹੈ ਇਸ ਵੇਲੇ ਮੀਟਿੰਗਾਂ 'ਚ ਗੈਰ ਹਾਜ਼ਰ ਨੇ ਪਰ ਇਹ ਵੀ ਤਾਂ ਹੋ ਸਕਦਾ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਕੰਮ ਹੋਵੇ ਇਹ ਵੀ ਤਾਂ ਹੋ ਸਕਦਾ ਹੈ ਕਿ ਉਹਨਾਂ ਦੇਰ ਜਿਵੇਂ ਕਿਸ ਪਰ ਜੇਕਰ ਲੀਡਰ ਵੱਡੇ ਆ ਰਹੇ ਨੇ ਤੇ ਉਹਨਾਂ ਦਾ ਗੱਲਬਾਤ ਦੀ بجائے ਥੋੜਾ ਬਹੁਤਾ ਸਮਾਂ ਕੱਟ ਕੇ ਮੀਟਿੰਗ ਕੀਤੀ ਜਾ ਸਕਦੀ ਹੈ ਲੋਕ ਇਹ ਵੀ ਗੱਲ ਕਹਿੰਦੇ ਨੇ ਉਹ ਦੇਖਦੇ ਆ ਮੀਟਿੰਗ ਹੁੰਦੀ ਚਾਹੇ ਨਹੀਂ ਹੁੰਦੀ ਪਰ ਜੇਕਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਜ਼ਿਕਰ ਕਰੀਏ ਪ੍ਰਤਾਪ ਸਿੰਘ ਬਾਜਵਾ ਨੇ ਸੁਖਵਾਲ ਸਿੰਘ ਖੈਰਾ ਦੇ ਮਾਮਲੇ ਦੇ ਵਿੱਚ ਅੱਜ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਨੇ ਕਿ ਜਿਹੜੀ ਐਫ ਆਈ ਆਰ ਸਰਕਾਰ ਨੇ ਦਰਜ ਕੀਤੀ ਹੈ ਜਿਹੜੀ ਐਫ ਆਈ ਆਰ ਪ੍ਰਸ਼ਾਸਨ ਨੇ ਦਰਜ ਕੀਤੀ ਹੈ ਉਸ ਮਾਮਲੇ ਦੇ ਵਿੱਚ ਗਲਤ ਤਰੀਕੇ ਨਾਲ ਕਾਰਵਾਈ ਹੋਈ ਹੈ ਹੁਣ ਉਹਨਾਂ ਨੂੰ ਕਿਉਂ ਲੱਗਦਾ ਇਹ ਕੀ ਕਿਸੇ ਦੇ ਕਹਿ ਸਕਦੇ ਪ੍ਰਭਾਵ ਦੇ ਹੇਠ ਸਾਰਾ ਕੁਝ ਕੀਤਾ ਗਿਆ ਜਾਂ ਫਿਰ ਕਿਉਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ ਸੁਣਦੇ ਆ ਕਿ ਉਹਨਾਂ ਨੇ ਕੀ ਕੀ ਕਿਹਾ ਅੱਲ 1.5 ਸੀ ਸਾਸਕਪਾਲ ਸਿੰਘ ਖਹਿਰਾ ਜੀ ਬੇਲ ਦੀ ਤੇ ਜਿਹੜੀ ਪਹਿਲੇ ਦਫਾ ਲਈ ਸੀ 195 ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਦਣ ਆਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ ਬੇਲ ਦਿੱਤੀ ਹੈ ਬੇਲ ਤੋਂ ਬਾਅਦ ਜਿਸ ਦਿਨ ਬੇਲ ਹੋਣੀ ਸੀ ਉਸ ਦਿਨ ਸਵੇਰ ਦੇ 2 ਵਜੇ ਇੱਕ ਬਿਲਕੁਲ ਫਾਲਸ ਕੇਸ ਧਾਇਰ ਕੀਤਾ ਗਿਆ ਸੋ ਥੈਟ ਇਨਾਂ ਨੂੰ ਜੇਲ੍ਹ ਚ ਰੱਖਿਆ ਜਾਏ ਇੱਕ ਬਿਆਨ ਲਿਆ ਗਿਆ ਇੱਕ ਆਦਮੀ ਜੇਲ੍ਹ ਦੇ ਵਿੱਚ ਕਸ਼ਮੀਰ ਸਿੰਘ ਉਹਦੀ ਵਾਈਫ ਕੋਲੋਂ ਕਿ ਕੁਝ ਅਣਪਛਾਤੇ ਬੰਦਿਆਂ ਨੇ ਆ ਕੇ ਘਰ ਮੈਨੂੰ ਡਰਾਇਆ ਧਮਕਾਇਆ ਸਾਨੂੰ ਮਾਰਨ ਦੀ ਧਮਕੀ ਦਿੱਤੀ ਸਾ ਸੁਖਪਾਲ ਸਿੰਘ ਕਹਿਰਾ ਸਾਰਿਆਂ ਨਾਲੋਂ ਪਹਿਲੇ ਸਾਰੇ ਪੰਜਾਬੀ ਜਾਣਦੇ ਨੇ ਅਸੀਂ ਦੱਸਣਾ ਚਾਹੁੰਦੇ ਆ ਉਹ ਕੋਈ ਪ੍ਰੋਫੈਸ਼ਨਲ ਨਹੀਂ ਨੇ ਉਹ ਸਿਆਸਤਦਾਨ ਨੇ ਦੂਜੀ ਪੀੜ੍ਹੀ ਦੇ ਸਿਆਸਤਦਾਨ ਨੇ ਉਹਨਾਂ ਦੇ ਲੇਟ ਫਾਦਰ ਦਾ ਸੁਖਜਿੰਦਰ ਸਿੰਘ ਜੀ ਇੱਕ ਨਾਮੀ ਪੰਜਾਬ ਦੇ ਪੋਲੀਟੀਸ਼ੀਅਨ ਰਹੇ ਨੇ ਮਨਿਸਟਰ ਰਹੇ ਐਮਐਲਏ ਰਹੇ ਬਹੁਤ ਵਾਰ ਸਾ ਸੁਖਪਾਲ ਸਿੰਘ ਖੈਰਾ ਖੁਦ ਤਿੰਨ ਵਾਰ ਦੇ ਐਮਐਲਏ ਨੇ ਲੀਡਰ ਆਫ ਦੀ ਆਪੋਜੀਸ਼ਨ ਪਹਿਲੇ ਰਹਿ ਚੁੱਕੇ ਐਨੀ ਅਨਫੋਰਚੂਨੇਟ ਗੱਲ ਹੈ ਕਿ ਹਿਊਮਨ ਰਾਈਟਸ ਦੀ ਇਥੋਂ ਤੱਕ ਵਾਇਲੇਸ਼ਨਸ ਹੋਣ ਕਿ ਉਸ ਦਿਨ ਝੂਠਾ ਇੱਕ ਕੇਸ ਜ਼ਾਇਰ ਕਰ ਦਿੱਤਾ ਜਾਏ ਤੇ ਉਸ ਕੇਸ ਦੀ ਜਿਹੜੀ ਕੱਲ ਬੇਲ ਲੱਗੀ ਸੀ ਉਸ ਸਾਰਿਆਂ ਨੂੰ ਹੀ ਇਸ ਗੱਲ ਦਾ ਪੂਰਨ ਫੇਥ ਸੀ ਜੁਡੀਸ਼ਰੀ ਤੇ ਵੀ ਸਾਨੂੰ ਇਸ ਗੱਲ ਦਾ ਯਕੀਨ ਸੀ ਕਿ ਸਾਡਾ ਸਾਥੀ ਜਿਹੜਾ ਉਹ ਕੱਲ ਬੇਲ ਤੇ ਬਾਹਰ ਆ ਜਾਏਗਾ ਇੱਕ ਜਿਹੜੀ ਬਿਲਕੁਲ ਹੀ ਗੱਲ ਜਿਹੜੀ ਕੋਈ ਮੰਨ ਨਹੀਂ ਸਕਦਾ ਪੁਲਿਸ ਨੇ ਕੱਲ ਇੱਕ ਆਨਰੇਬਲ ਕੋਰਟ ਨੂੰ ਜਾ ਕੇ ਦਲੀਲ ਦੇ ਦਿੱਤੀ ਕਿ ਜੀ ਪੁਲਿਸ ਇਸ ਟਾਈਮ ਰਾਜਸਥਾਨ ਫਿਰ ਰਹੀ ਹੈ ਤੇ ਸਾਨੂੰ ਜੋ ਇਨਫੋਰਮੇਸ਼ਨ ਆਈ ਹੈ ਉਸ ਇਨਫੋਰਮੇਸ਼ਨ ਦੇ ਵਿੱਚ ਇੱਕ ਬਕਾਇਦਾ ਤੌਰ ਛੂਟਾ ਛਿੜਯੰਤਰ ਸਾ ਸੁਖਪਾਲ ਸਿੰਘ ਖਹਿਰਾ ਜੀ ਤੇ ਰਚਿਆ ਜਾ ਰਿਹਾ ਆਪ ਦੀ ਸਰਕਾਰ ਤੇ ਭਗਵੰਤ ਮਾਨ ਵੱਲੋਂ ਇਹਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਲਿੰਕ ਕਰ ਰਹੇ ਨੇ ਲੋਰੈਂਸ ਬਿਸ਼ਨੋਈਦ ਦੇ ਨਾਲ ਤੇ ਜੱਗੂ ਭਗਵਾਨਪੁਰੀਏ ਦਾ ਇਸ ਤੋਂ ਹੋਰ ਅਨਫੋਰਚੂਨੇਟ ਕੀ ਗੱਲ ਹੋ ਸਕਦੀ ਸਮੁੱਚੀ ਪਾਰਟੀ ਸ਼ੁਰੂ ਤੋਂ ਹੀ ਆਲ ਇੰਡੀਆ ਕਾਂਗਰਸ ਸਾਰੀ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਸਾਰੀ ਆਪਣੇ ਸਾਥੀ ਨਾਲ ਹੈ ਪ੍ਰਤਾਪ ਸਿੰਘ ਬਾਜਵਾਹ ਹਰਾਂ ਨੂੰ ਤੁਸੀਂ ਸੁਣਿਆ ਇੱਥੇ ਜਿਸ ਹਿਸਾਬ ਦੇ ਨਾਲ ਬਾਜਵਾ ਸਾਹਿਬ ਤੇ ਨਾਲ ਸੁਖਪਾਲ ਸਿੰਘ ਖੈਰਾ ਦੇ ਸੁਪੁੱਤਰ ਵੀ ਦਿਖਾਈ ਦੇ ਰਹੇ ਨੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਤੱਕਾ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਨੇ ਇੱਕ ਹੋਰ ਐਫ ਆਈ ਆਰ ਦਰਜ ਕਰਨ ਦੀ ਤਿਆਰੀ ਕੀਤੀ ਹੈ ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਕੇਸ ਜਾਣਬੁੱਝ ਕੇ ਜੋੜੇ ਜਾ ਰਹੇ ਨੇ ਦੂਸਰੇ ਪਾਸੇ ਬਾਜਵਾ ਸਾਹਿਬ ਇਹ ਵੀ ਕਹਿੰਦੇ ਆ ਕਿ ਪੰਜਾਬ ਕਾਂਗਰਸ ਬਿਲਕੁਲ ਸੁਖਪਾਲ ਸਿੰਘ ਖੈਰਾ ਤੇ ਪਰਿਵਾਰ ਦੇ ਨਾਲ ਹੈ ਕਿਉਂਕਿ ਕਈ ਦਿਨ ਤੋਂ ਚਰਚਾ ਚੱਲਦੀ ਪਈ ਸੀ ਕਿਸੇ ਵੀ ਲੀਡਰ ਨੇ ਬਹੁਤਾ ਸਾਥ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਹੀ ਕਿਸੇ ਦਾ ਬਿਆਨ ਆਇਆ ਗੱਲ ਕਿਸੇ ਹੱਦ ਤੱਕ ਠੀਕ ਵੀ ਲੱਗਦੀ ਸੀ ਪਰ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਖੁੱਲ ਕੇ ਜਿਹੜੀ ਗੱਲ ਕਹੀ ਹੈ ਕਿ ਅਸੀਂ ਨਾਲ ਆ ਤੇ ਦੂਸਰੇ ਪਾਸੇ ਸਰਕਾਰ ਤੇ ਤੇ ਪ੍ਰਸ਼ਾਸਨ ਤੇ ਧੱਕਾ ਕਰਨ ਦੇ ਦੋਸ਼ ਲਗਾਏ ਹੈ ਇਹਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਆਉਣ ਵਾਲੇ ਸਮੇਂ 'ਚ ਖੜੇ ਹੋ ਸਕਦੇ ਨੇ ਦੂਸਰੇ ਪਾਸੇ ਜੇਕਰ ਸੁਖਪਾਲ ਸਿੰਘ ਖੈਰਪੁਰ ਪੁੱਤਰਵਾਲ ਦੇਖੀਏ ਉਹਨਾਂ ਨੇ ਕੱਲ ਸ਼ਾਮ ਵੀ ਇਹੀ ਗੱਲ ਕਹੀ ਹੈ ਸੋਸ਼ਲ ਮੀਡੀਆ ਤੇ ਸਪਾਸਟਿੰਗ ਕਰਦੇ ਅਕਾਊਂਟ ਦੇ ਉੱਪਰੋਂ ਇਹ ਗੱਲ ਕਹੀ ਉਹਨਾਂ ਨੇ ਮੈਸੇਜ ਕਰਕੇ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਉਹਨਾਂ ਤੇ ਇਹ ਵੀ ਕਿਹਾ ਕਿ ਜਾਨ ਨੂੰ ਖਤਰਾ ਵੀ ਉਹਨਾਂ ਦੇ ਨਾਲ ਉਹਨਾਂ ਨੂੰ ਤੇ ਹੁਣ ਜਿਸ ਹਿਸਾਬ ਦੇ ਨਾਲ ਕੇਸ ਨੂੰ ਲਾਰੈਂਸ ਬਿਸ਼ਨੋਈ ਜਾਂ ਫਿਰ ਜੱਗੂ ਭਗਵਾਨਪੁਰੀਏ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਚੰਗੀ ਰਾਜਨੀਤੀ ਨਹੀਂਗੀ ਇਹ ਪੰਜਾਬ ਦੀ ਸਿਆਸਤ ਲਈ ਪੰਜਾਬ ਦੀ ਸਰਕਾਰ ਲਈ ਵੀ ਚੰਗੀ ਗੱਲ ਨਹੀਂ ਸਪੁੱਤਰ ਨੇ ਤੇ ਇਹ ਵੀ ਕਿਹਾ ਤਾਂ ਕਿ ਪ੍ਰਸ਼ਾਸਨ ਤੋਂ ਵੀ ਬਹੁਤੀ ਉਮੀਦ ਨਹੀਂ ਸਰਕਾਰ ਤੋਂ ਵੀ ਬਹੁਤੀ ਉਮੀਦ ਨਹੀਂ ਪਰ ਨਿਆਂ ਪ੍ਰਣਾਲੀ ਕਿਸ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਕਾਨੂੰਨ ਕੰਮ ਕਰਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਅੱਗੇ ਵੱਧਦੇ ਹਾਂ ਗੱਲ ਕਰਨੀ ਆ ਪੰਜਾਬ ਦੇ ਵਿੱਚ ਹੋਣ ਜਾ ਰਹੀ ਐਨ ਆਰ ਆਈ ਮਿਲਣੀ ਦੇ ਬਾਰੇ ਪੰਜਾਬ ਦੇ ਵਿੱਚ ਐਨ ਆਰ ਆਈ ਦੇ ਨਾਲ ਬਹੁਤ ਸਾਰੇ ਮਸਲੇ ਇਸ ਤਰ੍ਹਾਂ ਦੇ ਨੇ ਜਿਹੜੇ ਅਜੇ ਤੱਕ ਵੀ ਲਟਕਦੇ ਆ ਰਹੇ ਨੇ ਲੰਬਾ ਸਮਾਂ ਹੋ ਗਿਆ ਬਹੁਤ ਸਾਰੇ ਕੇਸ ਐ ਜਿਨ੍ਹਾਂ ਦੇ ਵਿੱਚ ਆਪ ਵੀ ਉਲਝਦੇ ਪਏ ਐ ਖਾਸ ਕਰਕੇ ਜ਼ਮੀਨਾਂ ਦੇ ਮਾਮਲੇ ਬਹੁਤ ਨੇ ਧੱਕੇ ਨਾਲ ਕੋਈ ਰਜਿਸਟਰੀ ਕਰਾ ਲੈਂਦਾ ਹੈ ਪਹਿਲਾਂ ਕਹਿੰਦੇ ਸਾਨੂੰ ਕੋਠੀ ਦੇ ਦੋ ਕਿਰਾਏ ਤੇ ਬਾਅਦ ਦੇ ਵਿੱਚ ਕਬਜ਼ਾ ਕਰਕੇ ਬੈਠ ਜਾਂਦੇ ਆ ਇਸ ਤਰ੍ਹਾਂ ਦੀਆਂ ਖਬਰਾਂ ਸਾਨੂੰ ਬਹੁਤ ਸੁਣਨ ਨੂੰ ਮਿਲੀਆਂ ਨੇ ਪਰ ਇਸ ਵੇਲੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਐਨਆਰਈ ਕਿਉਂਕਿ ਐਨਆਰਈ ਸਭਾ ਬਣੀ ਹੈ ਉਹਦੀ ਚੋਣ ਵੀ ਹੋਈ ਹੈ ਪਿਛਲੇ ਦਿਨੀ ਪ੍ਰਧਾਨ ਵੀ ਉਹਦੇ ਨਵੇਂ ਚੁਣੇ ਗਏ ਨੇ ਹੁਣ ਉਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਸਮੱਸਿਆ ਹੈਗੀ ਆ ਤਾਂ ਇਹਨਾਂ ਲਈ ਅਸੀਂ ਵਕ ਵਕ ਥਾਮਾ ਤੇ ਐਨਆਰਈਜ਼ ਮਿਲਣੀ ਕਰਾਉਣੀਆਂ ਤੇ ਮਿਲਣੀ ਦੇ ਵਿੱਚ ਆਓ ਤੁਸੀਂ ਜਿਹੜੀਆਂ ਸਮੱਸਿਆ ਹੈਗੀਆਂ ਅਸੀਂ ਤੁਹਾਡੀਆਂ ਸੁਣਾਂਗੇ ਇਹ ਗੱਲ ਪਹਿਲਾਂ ਵੀ ਕਹੀ ਗਈ ਸੀ ਪਿਛਲੇ ਸਾਲ ਵੀ ਵਕ ਵਕ ਥਾਮਾ ਤੇ ਪ੍ਰੋਗਰਾਮ ਹੋਏ ਜਲੰਧਰ ਦੇ ਵਿੱਚ ਵੀ ਮਿਲਣੀ ਸੀ ਲੁਧਿਆਣੇ ਵਿੱਚ ਵੀ ਐ ਹੋਰ ਵੀ ਕਈ ਜ਼ਿਲ੍ਹਿਆਂ 'ਚ ਹੋਈ ਹੁਣ ਇੱਕ ਫਿਰ ਤੋਂ ਸ਼ੁਰੂਆਤ 3 ਫਰਵਰੀ ਨੂੰ ਪਠਾਨਕੋਟ ਤੋਂ ਕਰਨੀ ਹੈ ਕਹਿੰਦੇ ਉਹਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਤੇ ਹੁਸ਼ਿਆਰਪੁਰ ਇਹਨਾਂ ਥਾਵਾਂ ਤੇ ਵੀ ਲੋਕਾਂ ਨੂੰ ਜੇਕਰ ਸਮੱਸਿਆ ਆ ਰਹੀਆਂ ਨੇ ਤਾਂ ਉਹਨਾਂ ਨੂੰ ਦੂਰ ਕਰਨਾ ਕਹਿੰਦੇ 9 ਫਰਵਰੀ ਨੂੰ ਨਵਾਂ ਸ਼ਹਿਰ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਉਸ ਪ੍ਰੋਗਰਾਮ ਦੇ ਵਿੱਚ ਵੀ ਜੇਕਰ ਮਸਲੇ ਲੈ ਲਟਕਦੇ ਆ ਰਹੇ ਨੇ ਉਹਨਾਂ ਦਾ ਹੱਲ ਕੀਤਾ ਜਾ ਸਕਦਾ ਹੈ ਰੂਪਨਗਰ ਜਲੰਧਰ ਕਪੂਰਥਲਾ ਮੁਹਾਲੀ ਜ਼ਿਲ੍ਹਿਆਂ ਨੂੰ ਵੀ ਇਸੇ ਦਿਨ ਕਵਰ ਕਰਨਾ ਹੈ 16 ਫਰਵਰੀ ਨੂੰ ਸੰਗਰੂਰ ਦੇ ਵਿੱਚ ਪ੍ਰੋਗਰਾਮ ਹੋਣਾ ਪਟਿਆਲਾ ਬਰਨਾਲਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਬਠਿੰਡਾ ਲੁਧਿਆਣਾ ਮਾਨਸਾ ਇਨ੍ਹਾਂ ਥਾਵਾਂ ਤੇ ਵੀ ਪ੍ਰੋਗਰਾਮ ਹੋਣਗੇ 22 ਫਰਵਰੀ ਨੂੰ ਫਿਰੋਜ਼ਪੁਰ ਦੇ ਵਿੱਚ ਖਾਸ ਤੌਰ ਤੇ ਫਰੀਦਕੋਟ ਫਿਰੋਜ਼ਪੁਰ ਤਰਨਤਾਰ ਨੋ ਫਾਜ਼ਿਲਕਾ ਮੋਗਾ ਸ਼੍ਰੀ ਮੁਕਸਰ ਸਾਹਿਬ ਇਨ੍ਹਾਂ ਥਾਵਾਂ ਤੇ ਪ੍ਰੋਗਰਾਮ ਹੋਣੇ ਹੈ ਕਿਹਾ ਗਿਆ ਹੈ ਕਿ ਹੁਣ ਤੱਕ 605 ਸ਼ਿਕਾਇਤਾਂ ਮਿਲੀਆਂ 605 ਨਿਪਟਾਰੇ ਹੋ ਚੁੱਕੇ ਨੇ ਸ਼ਿਕਾਇਤਾਂ ਦੇ ਤੇ ਜੇਕਰ ਇਸ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ ਤਾਂ ਚੰਗੀ ਗੱਲ ਮੰਨੀ ਜਾ ਸਕਦੀ ਹੈ ਪਰ ਨਾਲ ਦੀ ਨਾਲ 2022 ਦੇ ਵਿੱਚ 5 ਐਨਆਰਈਜ਼ ਮਿਲਣੀ ਦੇ ਪ੍ਰੋਗਰਾਮ ਕਰਵਾਏ ਗਏ ਸੀ ਜਿਹਦੇ ਦੌਰਾਨ ਪੰਜਾਬੀਆਂ ਨੇ 605 ਸ਼ਿਕਾਇਤਾਂ ਦਰਜ ਕਰਾਈਆਂ ਤੇ ਉਹਨਾਂ ਸਾਰੇ ਮਸਲਿਆਂ ਦਾ ਕਹਿੰਦੇ ਹੱਲ ਹੋ ਚੁੱਕਿਆ ਵੱਡੀ ਗੱਲ ਇਹ ਵੀ ਹੈ ਕਿ ਇਸ ਵੇਲੇ ਸਿਆਸਤਦਾਨ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਜੇਕਰ ਕੋਈ ਸਮੱਸਿਆ ਆਉਂਦੀ ਹੈ ਉਹਲੇ ਨੰਬਰ ਵੀ ਜਾਰੀ ਕੀਤਾ ਵੈੱਬਸਾਈਟ ਵੀ ਜਾਰੀ ਕੀਤੀ ਹੈ ਨੰਬਰ 9056009884 ਤੇ ਨਾਲ ਦੀ ਨਾਲ nri.punjab.gov.in ਇਹਦੇ ਉੱਪਰ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਆ 11 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਮਤਲਬ ਕਿ ਇੱਕ ਦਿਨ ਹੁਣ ਉੱਪਰ ਹੋ ਜੇਣਾ ਕੱਲ ਕੱਲ ਤੋਂ ਇੱਕ ਦਿਨ ਬਾਅਦ ਇਹ ਸ਼ੁਰੂ ਹੋ ਜਾਣੀ ਹੈ ਮਿਲਣੀਆਂ ਦੀ ਸ਼ਿਕਾਇਤਾਂ ਲੈਣੀਆਂ ਤੇ ਉਹਨਾਂ ਤੇ ਆਪਣੇ ਜੋ ਜੋ ਵੀ ਤੁਹਾਡੇ ਨਾਲ ਤੱਕਾ ਹੋਇਆ ਤੁਹਾਨੂੰ ਲੱਗਦਾ ਪਿਆ ਇਹ ਗੱਲ ਕਰਨੀ ਚਾਹੀਦੀ ਹੈ ਸਰਕਾਰ ਤੁਹਾਡੇ ਹੱਕ ਦੇ ਵਿੱਚ ਖੜੀ ਹੈ ਕਹਿੰਦੇ ਤੁਸੀਂ ਇੱਥੇ ਆ ਕੇ ਰਿਪੋਰਟ ਕਰੋ ਤੇ ਫਿਰ ਅਸੀਂ ਲੋਕਾਂ ਦਾ ਸਾਥ ਦਵਾਂਗੇ ਦੂਸਰੇ ਪਾਸੇ ਕੁਝ ਲੋਕ ਕਹਿ ਰਹੇ ਹੈ ਕਿ ਸਰਕਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਤਾਂ ਕਰਵਾ ਲੈਂਦੀ ਹੈ ਪਰ ਇਹ ਸਿਰਫ ਐਨਆਰਆਈਜ਼ ਨੂੰ ਪਰਮਾਉਣ ਦੀ ਗੱਲ ਹੁੰਦੀ ਹੈ ਕਿਸੇ ਵੀ ਮਸਲੇ ਦਾ ਬਹੁਤਾ ਹੱਲ ਨਹੀਂ ਹੁੰਦਾ ਪਿਆ ਲੰਬੇ ਸਮੇਂ ਤੋਂ ਕਈ ਮਾਮਲੇ ਲਟਕਦੇ ਆ ਰਹੇ ਨੇ ਦੋਨੇ ਪੱਖ ਆਪਣੀ ਆਪਣੀ ਜਗ੍ਹਾ ਤੇ ਸਹੀ ਹੁੰਦੀਆਂ ਨੇ ਕੈਨੇਡਾ ਦੇ ਵਿੱਚੋਂ ਵੀ ਕਈ ਲੋਕ ਕਹਿੰਦੇ ਨੇ ਉਂਗਲਾਂ ਤਾਂ ਉਠਾ ਰਹੇ ਨੇ ਪਰ ਇਹਨਾਂ ਜ਼ਰੂਰ ਹੈ ਕਿ ਜੇਕਰ ਉਂਗਲਾਂ ਉੱਠਦੀਆਂ ਨੇ ਤੇ ਦੂਸਰੇ ਪਾਸੇ ਹੱਲ ਵੀ ਹੁੰਦਾ ਪਿਆ ਫਿਰ ਇਹ ਲੋਕਾਂ ਤੇ ਛੱਡ ਦਿੰਨੇ ਅਸੀਂ ਕਿ ਉਹਨਾਂ ਨੇ ਉਹਨਾਂ ਮਿਲਣੀਆਂ ਦੇ ਵਿੱਚ ਜਾਣਾ ਜਾਂ ਨਹੀਂ ਜਾਣਾ ਆਪਣੀਆਂ ਸਮੱਸਿਆ ਦਾ ਹੱਲ ਹੁੰਦਾ ਜਾਂ ਨਹੀਂ ਹੁੰਦਾ ਇਹ ਲੋਕ ਜਾਣਦੇ ਨੇ ਪਰ ਇਹਨਾਂ ਜ਼ਰੂਰ ਹੈ ਸਰਕਾਰ ਨੇ ਜਿਹੜਾ ਇਹ ਕਦਮ ਚੁੱਕਿਆ ਸਰਕਾਰ ਕਹਿ ਰਹੀ ਹੈ ਕਿ ਚੰਗੀ ਗੱਲ ਹੈ ਲੋਕਾਂ ਦੇ ਬਹੁਤ ਸਾਰੇ ਮਸਲੇ ਹੱਲ ਹੋਣਗੇ ਇਸ ਤਰ੍ਹਾਂ ਦਾ ਉਹਨਾਂ ਨੇ ਭਰੋਸਾ ਦਿੱਤਾ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਿਛਲੇ ਸਮੇਂ ਦੇ ਦੌਰਾਨ ਜਦੋਂ ਜਲੰਧਰ ਦੇ ਵਿੱਚ ਪ੍ਰੋਗਰਾਮ ਸੀ ਉਥੇ ਵੀ ਕਈ ਸਿਆਸਤਦਾਨ ਪਹੁੰਚੇ ਤੇ ਸਾਰਿਆਂ ਨੇ ਸਮੱਸਿਆਵਾਂ ਨੂੰ ਸੁਣਿਆ ਸੋ ਚੰਗੀ ਗੱਲ ਹੈ ਜੇਕਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਤਾਂ ਪਹਿਲੇ ਗੇਟ ਦੇ ਵਿੱਚ ਜਦੋਂ ਭਾਰਤ ਜਲੋ ਯਾਤਰਾ ਕੀਤੀ ਗਈ ਤਾਂ ਉਸ ਵੇਲੇ ਕਈ ਸਿਆਸਤਦਾਨਾਂ ਨੇ ਇਸ ਯਾਤਰਾ ਦਾ ਮਜ਼ਾਕ ਉਡਾਇਆ ਕਾਂਗਰਸ ਵਾਲੇ ਕਹਿੰਦੇ ਸੀ ਕਿ ਅਸੀਂ ਇਹ ਯਾਤਰਾ ਕੱਢੀ ਹੈ ਇਹਦੇ ਕਰਕੇ ਸਾਨੂੰ ਫਾਇਦਾ ਹੋਇਆ ਅਸੀਂ ਮੁਹੱਬਤ ਦੀ ਦੁਕਾਨ ਖੋਲ੍ਹਣੀ ਹੈ ਅਸੀਂ ਨਫ਼ਰਤ ਖਤਮ ਕਰਨੀ ਹੈ ਪੂਰੇ ਮੁਲਕ ਦੇ ਵਿੱਚੋਂ ਇਸ ਕਰਕੇ ਪਿਆਰ ਦਾ ਮੁਹੱਬਤ ਦਾ ਸੰਦੇਸ਼ ਲੈ ਕੇ ਜਾਣਾ कन्याकुमारी ਤੋਂ ਲੈ ਕੇ ਸ਼੍ਰੀਨਗਰ ਤੱਕ ਇਹ ਯਾਤਰਾ ਕੱਢੀ ਗਈ। ਰਾਹੁਲ ਗਾਂਧੀ ਹੁਰਾ ਨੇ ਜਿਸ हिसाब ਦੇ ਨਾਲ ਕਾਂਗਰਸ ਨੂੰ ਉੱਪਰ ਚੁੱਕਣ ਦਾ ਇਹ ਯਤਨ ਕੀਤਾ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਯਤਨ ਕਈ ਵਾਰ ਕੀਤੇ ਗਏ। 1998 ਤੋਂ 2004 ਤੱਕ ਭਾਵੇਂ ਕਾਂਗਰਸ ਪਾਰਟੀ ਹੇਠਾਂ ਵੱਲ ਸੀ ਪਰ ਚੁੱਪਚੀਤੇ ਬਿਨਾਂ ਕਿਸੇ ਯਾਤਰਾ ਤੋਂ ਸੋਨੀਆ ਗਾਂਧੀ ਹੁਰਾ ਨੇ ਕਾਂਗਰਸ ਨੂੰ ਉੱਪਰ ਚੱਕਣ ਦਾ ਜੋ ਯਤਨ ਕੀਤਾ ਅੱਜ ਤੱਕ ਵੀ ਯਾਦ ਕੀਤਾ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਦਾ ਯਤਨ ਹੁਣ ਦੁਆਰਾ ਰਾਹੁਲ ਗਾਂਧੀਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜੇਕਰ ਉਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਇੱਕ ਯਾਤਰਾ ਚੰਦਰਸ਼ੇਖਰ ਹੂਰਾ ਨੇ 1983 ਵਿੱਚ ਕੀਤੀ ਸੀ ਭਾਵੇਂ ਉਹਨੂੰ ਬਹੁਤਾ ਹੰਗਾਰਾ ਨਹੀਂ ਮਿਲਿਆ ਸੀ ਕਿਉਂਕਿ ਉਸ ਸਮੇਂ ਦੇ ਦੌਰਾਨ ਅਰਜੀਵ ਗਾਂਧੀ ਹੂਰਾ ਦੇ ਕਤਲ ਦੇ ਜਿਹੜੇ țeੜੇ ਕਾਂਗਰਸ ਦੀ ਸਰਕਾਰ ਵੀ ਡਿੱਗ ਪਈ ਸੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਫਿਰ ਵੀ ਭਾਜਪਾ ਨੇ ਆਪਣੀ ਮਜ਼ਬੂਤੀ ਦੇ ਲਈ ਕਦਮ ਅੱਗੇ ਵੱਲ ਚੁੱਕਿਆ ਪਰ ਠੀਕ ਹੈ ਉਸ ਵੇਲੇ ਭਾਜਪਾ ਪਾਰਟੀ ਜਿਹੜਾ ਜਨਸੰਘ ਸੀਗਾ ਉਹਨਾਂ ਨੂੰ ਮਜ਼ਬੂਤੀ ਮਿਲੀ ਵੀ ਸਮਾਂ ਇਹ ਕੋਈ ਸੀਗਾ ਜਦੋਂ ਇਸ ਮਾਮਲੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਹੁਰਾ ਨੇ ਯਾਤਰਾ ਕੱਢੀ ਜਦੋਂ ਰੈਡੀ ਹੁਰਾ ਨੇ ਯਾਤਰਾ ਕੱਢੀ ਜਦੋਂ ਮੁਰਲੀ ਮਨੋਹਰ ਜੋਸ਼ੀ ਹੁਰਾ ਨੇ ਯਾਤਰਾ ਕੱਢੀ ਚਾਹੇ 1991 92 ਦੇ ਵਿੱਚ ਰਾਮ ਮੰਦਰ ਨੂੰ ਲੈ ਕੇ ਵੀ ਇਹਨਾਂ ਨੇ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਸਿਆਸੀ ਤੌਰ ਤੇ ਭਾਵੇਂ ਉਸ ਵੇਲੇ ਪਾਰਟੀ ਨੂੰ ਫਾਇਦਾ ਨਾ ਹੋਇਆ ਹੋਵੇ ਪਰ ਫਿਰ ਵੀ ਕਿਤਨਾ ਕਿਤੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਯਾਤਰਾਵਾਂ ਪ੍ਰਭਾਵ ਛੱਡਦੀਆਂ ਰਹੀਆਂ ਅੰਧਰਾ ਪ੍ਰਦੇਸ਼ ਦੇ ਵਿੱਚ ਰੈਡੀ ਹੋਰਾਂ ਦੀ ਜਿਹੜੀ ਯਾਤਰਾ ਕੱਢੀ ਸੀ ਪ੍ਰਭਾਵ ਉਹਦਾ ਵੀ ਦੇਖਣ ਨੂੰ ਮਿਲਿਆ ਤੇ ਹੁਣ ਇਸੇ ਤਰ੍ਹਾਂ ਦਾ ਇੱਕ ਪ੍ਰਭਾਵ ਰਾਹੁਲ ਗਾਂਧੀ ਵੀ ਕਹਿੰਦੇ ਛੱਡ ਸਕਦੇ ਨੇ ਜਦੋਂ ਪਹਿਲੀ ਯਾਤਰਾ ਕੱਢੀ ਗਈ ਤਾਂ ਉਸ ਵੇਲੇ ਭਾਜਪਾ ਪਾਰਟੀ ਦੇ ਕਈ ਲੀਡਰਾਂ ਨੇ ਸਵਾਲ ਵੀ ਖੜੇ ਕੀਤੇ ਮਜ਼ਾਕ ਵੀ ਬਹੁਤ ਉਡਾਇਆ ਪਰ ਰਾਹੁਲ ਗਾਂਧੀ ਹੁਰੀ ਤੁਰੇ ਰਹੇ ਕਹਿੰਦੇ ਕੋਈ ਚਿੰਤਾ ਹੀ ਨਹੀਂ ਯਾਤਰਾ ਕਰਨੀ ਹੈ ਪਹਿਲੀ ਯਾਤਰਾ ਦੇ ਦੌਰਾਨ ਜਦੋਂ ਰਾਹੁਲ ਗਾਂਧੀ ਹੁਰੀ ਪ੍ਰਚਾਰ ਸ਼ੁਰੂ ਕੀਤਾ ਸੀ ਚਾਹੇ ਗਲਤ ਸੀ ਸਹੀ ਸੀ ਅਸੀਂ ਉਹ ਨਹੀਂ ਗੱਲ ਕਰਦੇ ਭਾਜਪਾ ਪਾਰਟੀ ਦੇ ਕੁਝ ਕੁ ਲੀਡਰਾਂ ਨੇ ਕਿਹਾ ਸਵਾਲ ਚੁੱਕੇ ਸੀ ਕਿ ਇਹ ਔਰਤਾਂ ਦੇ ਨਾਲ ਗਲੇ ਮਿਲ ਰਹੇ ਆ ਇਹ ਇੰਨੀ ਗੱਲ ਕਹੀ ਜੀ ਇਹਦਾ ਮਤਲਬ ਕੀ ਸੀਗਾ ਮਾਇਨੇ ਕੀ ਨਿਕਲਦੇ ਆ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਦੂਸਰੇ ਨੰਬਰ ਤੇ ਤਾਮਲਨਾਡੂ ਦੇ ਵਿੱਚ ਜਦੋਂ ਇਹ ਯਾਤਰਾ ਪਹੁੰਚੀ ਤਾਂ ਉੱਥੇ ਰਾਹੁਲ ਗਾਂਧੀ ਹੁਰਾਂ ਦੀ ਭਾਂਜੀ ਪਹੁੰਚੀ ਉਸ ਵੇਲੇ ਉਹਨਾਂ ਨੇ ਰਾਹੁਲ ਗਾਂਧੀ ਹੁਰਾਂ ਦੇ ਨਾਲ ਇੱਕ ਤਸਵੀਰ ਕਰਵਾਈ ਹੁਣ ਰਾਹੁਲ ਗਾਂਧੀ ਹੱਥ ਫੜ ਕੇ ਮਹਿੰਦੀ ਦੇਖ ਰਹੇ ਸੀਗੇ ਪਰ ਕੁਸ਼ਕ ਰਾਜਨੀਤਿਕ ਪਾਰਟੀਆਂ ਦੇ ਆਈਟੀ ਸੈੱਲ ਨੇ ਤਸਵੀਰ ਵਾਇਰਲ ਕਰਕੇ ਜਿਸ ਹਨ ਅਸ਼ਲੀਲ ਪ੍ਰਚਾਰ ਕੀਤਾ ਯਾਤਰਾ ਤਾਂ ਉਹਦੇ ਨਾਲ ਵੀ ਨਹੀਂ ਰੁਕੀ ਸੀ ਜਿਸ ਵੇਲੇ ਸੋਸ਼ਲ ਮੀਡੀਆ ਤੇ ਇੱਕ ਛੋਟੀ ਜਹੀ ਮੁਸਲਮਾਨ ਕੁੜੀ ਦਾ ਹੱਥ ਫੜ ਕੇ ਰਾਹੁਲ ਗਾਂਧੀ ਅੱਗੇ ਵੱਲ ਵਾਧੇ ਗਏ ਤਾਂ ਉਸ ਵੇਲੇ ਭਾਜਪਾ ਪਾਰਟੀ ਦੇ ਕੁਝ ਲੀਡਰਾਂ ਨੇ ਸਵਾਲ ਖੜੇ ਕੀਤੇ ਧਰਮ ਨੂੰ ਲੈ ਕੇ ਯਾਤਰਾ ਉਦੋਂ ਵੀ ਨਹੀਂ ਰੁਕੀ ਤੇ ਯਾਤਰਾ ਉਸ ਵੇਲੇ ਵੀ ਨਹੀਂ ਰੁਕੀ ਜਦੋਂ ਸਮ੍ਰਿਤੀ ਅਰਾਨੀ ਹੂਰਾ ਨੇ ਸਭ ਤੋਂ ਪਹਿਲਾਂ ਇਹ ਕਹਿ ਕੇ ਵਿਵਾਦ ਖੜਾ ਕਰ ਦਿੱਤਾ ਸੀ ਕਿ ਭਾਈ ਯਾਤਰਾ ਤਾਂ ਕੰਨਿਆਕਮਰੇ ਤੋਂ ਸ਼ੁਰੂ ਕਰਨੀ ਹੈ ਵਿਵੇਕਾਨੰਦ ਮੈਮੋਰੀਅਲ ਦੇ ਵਿੱਚ ਇਹ ਇੱਕ ਵਾਰ ਨਤਮਸਤਕ ਤਾਂ ਹੋ ਲੰਦੇ ਉੱਥੇ ਜਾ ਕੇ ਅਸ਼ੀਰਵਾਦ ਤਾਂ ਲੈ ਲੰਦੇ ਪਰ ਸੋਸ਼ਲ ਮੀਡੀਆ ਤੇ ਜਦੋਂ ਤਸਵੀਰਾਂ ਸਾਹਮਣੇ ਆਈਆਂ ਉਸ ਤੋਂ ਬਾਅਦ ਫਿਰ ਕਈ ਲੀਡਰਾਂ ਨੇ ਚੁੱਪੀ ਵੱਟ ਲਈ ਬਹੁਤ ਸਾਰੇ ਲੀਡਰਾਂ ਨੇ ਸਵਾਲ ਖੜੇ ਕੀਤੇ ਪਰ ਸਵਾਲ ਦੇ ਨਾਲ-ਨਾਲ ਰਾਹੁਲ ਗਾਂਧੀ ਚੱਲਦੇ ਗਏ ਹੁਣ ਇੱਕ ਯਾਤਰਾ ਜਿਹੜੀ ਦੂਜੀ ਕੱਢੀ ਜਾ ਰਹੀ ਹੈ ਜਿਹੜੀ 14 ਜਨਵਰੀ ਤੋਂ ਸ਼ੁਰੂ ਹੋਣੀ ਹੈ ਉਹਨੂੰ ਲੈ ਕੇ ਵੀ ਇਸ ਵੇਲੇ ਕਈ ਤਰ੍ਹਾਂ ਦੇ ਚਰਚੇ ਚੱਲਦੇ ਪਏ ਆ ਮਨੀਪੁਰ ਤੋਂ ਇਸ ਯਾਤਰਾ ਦੀ ਸ਼ੁਰੂਆਤ ਹੋਣੀ ਸੀ ਪਰ ਕਿਹਾ ਜਾ ਰਿਹਾ ਹੈ ਕਿ ਮਨੀਪੁਰ ਦੇ ਵਿੱਚ ਉਹਨਾਂ ਨੂੰ ਯਾਤਰਾ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੁਣ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਉੱਥੋਂ ਦੇ ਮੁੱਖ ਮੰਤਰੀ ਬੀਰੇਨ ਸਾਹਿਬ ਨੇ ਹੁਣ ਏ ਐਨ ਬਰੇਨ ਉਹਨਾਂ ਨੇ ਇਸ ਮਾਮਲੇ ਬੀਰੇਨ ਹੁਣੀ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਇਜਾਜ਼ਤ ਇਸ ਕਰਕੇ ਨਹੀਂ ਦਿੱਤੀ ਕਿਉਂਕਿ ਮਨੀਪੁਰ ਦੇ ਵਿੱਚ ਹਾਲਾਤ ਖਰਾਬ ਹੋ ਸਕਦੇ ਨੇ ਇਸ ਕਰਕੇ ਯਾਤਰਾ ਨਹੀਂ ਕਰਨ ਦਿੱਤੀ ਗਈ ਹੁਣ ਮਨੀਪੁਰ ਦੇ ਵਿੱਚ ਹਾਲਾਤ ਤਾਂ ਪਹਿਲੇ ਹੀ ਖਰਾਬ ਹੈ ਕਾਂਗਰਸ ਕਹਿੰਦੀ ਪਈ ਹੈ ਕਿ ਅਸੀਂ ਮੁਹੱਬਤ ਦੀ ਦੁਕਾਨ ਖੋਲ੍ਹਣੀ ਹੈ ਉੱਥੇ ਪਿਆਰ ਦਾ ਸੰਦੇਸ਼ ਲੈ ਕੇ ਜਾਣਾ ਪਰ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਇਸ ਯਾਤਰਾ ਨੂੰ ਜਾਣਬੁੱਝ ਕੇ ਇਜਾਜ਼ਤ ਨਹੀਂ ਦਿੱਤੀ ਜਾ ਰਹੀ 14 ਸੂਬਿਆਂ ਦੇ ਵਿੱਚ 55 ਜ਼ਿਲ੍ਹਿਆਂ ਨੂੰ ਕਵਰ ਕਰਦੀ ਭਾਰਤ ਦੀ ਇਹ ਨਿਆਹ ਜੋੜੋ ਯਾਤਰਾ ਜਿਸ ਸਾਹਮਣੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੋਣ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਦੇ ਨਾਲ ਪਾਰਟੀ ਨੂੰ ਮਜ਼ਬੂਤੀ ਮਿਲ ਸਕਦੀ ਹੈ ਇਸ ਕਰਕੇ ਇੱਥੇ ਯਾਤਰਾ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਹੀ ਰੋਕਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ 15 ਸੂਬਿਆਂ ਦੇ ਵਿੱਚ 67 ਦਿਨ ਦੀ 680 ਕਿਲੋਮੀਟਰ ਦੀ ਇਹ ਯਾਤਰਾ ਰਾਹੁਲ ਗਾਂਧੀ ਲਈ ਹੋ ਸਕਦਾ ਕਿ ਰਾਜਨੀਤਿਕ ਤੌਰ ਤੇ ਥੋੜਾ ਜਿਹਾ ਉਹਨਾਂ ਨੂੰ ਹੋਰ ਮਜ਼ਬੂਤ ਕਰ ਦੇਵੇ ਪਰ ਉਸ ਤੋਂ ਪਹਿਲਾਂ ਹੀ ਇਹ ਯਾਤਰਾ ਦਾ ਰੁਕਣਾ ਲੱਗਦਾ ਪਿਆ ਕਿਤੇ ਨਾ ਕਿਤੇ ਸਵਾਲ ਖੜੇ ਹੋ ਸਕਦੇ ਨੇ ਯਾਤਰਾ ਰੁਕੀ ਨਹੀਂ ਉਥੇ ਇਜਾਜ਼ਤ ਮਨੀਪੁਰ ਦੇ ਵਿੱਚ ਨਾ ਦੇਣਾ ਸਵਾਲ ਕਈ ਤਰ੍ਹਾਂ ਦੇ ਖੜੇ ਹੋ ਸਕਦੇ ਨੇ ਕਾਂਗਰਸ ਦੇ ਲੀਡਰਾਂ ਨੇ ਇਹਦਾ ਵਿਰੋਧ ਜ਼ਰੂਰ ਕੀਤਾ ਅੱਗੇ ਵੱਧਦੇ ਹਾਂ ਗੱਲ ਕਰਨੀਆਂ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦੀ ਭਗਵਾਨ ਰਾਮ ਪ੍ਰਤੀਸ਼ਟਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ 22 ਤਰੀਕ ਨੂੰ ਇਹ ਪ੍ਰੋਗਰਾਮ ਹੋਣਾ ਉਸ ਤੋਂ ਪਹਿਲਾਂ ਕਈ ਤਰ੍ਹਾਂ ਦਾ ਪ੍ਰਚਾਰ ਚੱਲਦਾ ਪਿਆ ਸੋਸ਼ਲ ਮੀਡੀਆ ਤੇ ਵੀ ਪ੍ਰਚਾਰ ਚੱਲਦਾ ਪਿਆ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਇਸ ਵੇਲੇ ਕਾਂਗਰਸ ਪਾਰਟੀ ਨੂੰ ਹੋਰ ਵੀ ਕਈ ਸਿਆਸਤਦਾਨਾਂ ਨੂੰ ਸੱਦਾ ਉੱਥੇ ਆਉਣ ਲਈ ਭੇਜਿਆ ਗਿਆ ਪੰਜਾਬ ਦੇ ਵਿੱਚ ਵੀ ਜਸਦੇਵਰ ਸਾਹਿਬ ਨੂੰ ਸੱਦਾ ਭੇਜਿਆ ਗਿਆ ਕਾਂਗਰਸ ਪਾਰਟੀ ਨੂੰ ਵੀ ਸੱਦਾ ਭੇਜਿਆ ਸੀ ਕਾਂਗਰਸ ਪਾਰਟੀ ਨੇ ਅੱਜ ਜਾਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਨਾਲ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਤਾਂ ਪ੍ਰੋਗਰਾਮ ਭਾਜਪਾ ਪਾਰਟੀ ਦਾ ਇਹਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਦੇਖੋ ਧਾਰਮਿਕ ਪ੍ਰੋਗਰਾਮ ਹੈ ਧਰਮ ਦੇ ਨਾਂ ਤੇ ਰਾਜਨੀਤੀ ਨਾ ਹੋਵੇ ਤਾਂ ਚੰਗਾ ਪਰ ਇੱਥੇ ਧਰਮ ਦੇ ਨਾਂ ਤੇ ਰਾਜਨੀਤੀ ਹੁੰਦੀ ਹੈ ਪਹਿਲਾਂ ਵੀ ਹੁੰਦੀ ਆਈ ਹੈ ਹੁਣ ਵੀ ਹੋ ਰਹੀ ਹੈ ਤੇ ਜਿਸ ਹਿਸਾਬ ਨਾਲ ਕਾਂਗਰਸ ਜਾਣਾ ਨਹੀਂ ਚਾਹੁੰਦੀ ਉਹਨਾਂ ਨੇ ਬਿਲਕੁਲ ਵੀ ਇਨਕਾਰ ਕਰ ਦਿੱਤਾ ਤੇ ਇਹ ਫੈਸਲਾ ਕਿਸੇ ਦੇ ਉੱਪਰ ਥੋਪਿਆ ਵੀ ਨਹੀਂ ਜਾ ਸਕਦਾ ਕਿਉਂਕਿ ਭਾਰਤ ਇੱਕ ਧਰਮ ਨਿਰਪੱਖ ਰਾਜ ਹੈ ਤੇ ਧਰਮ ਨਿਰਪੱਖ ਰਾਜ ਦੇ ਵਿੱਚ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪਣੀ ਮਰਜ਼ੀ ਦਾ ਧਰਮ ਚੁਣਨ ਦੀ ਉਹ ਜਾਵੇ ਚਾਹੇ ਨਾ ਜਾਵੇ ਪਰ ਦੂਸਰੇ ਪਾਸੇ RAM ਮੰਦਰ ਨੂੰ ਲੈ ਕੇ ਸਿਆਸੀਕਰਨ ਕਿਉਂ ਕੀਤਾ ਜਾ ਰਿਹਾ ਹੈ ਭਾਜਪਾ ਦੇ ਕਈ ਲੀਡਰ ਇਸ ਗੱਲ ਦਾ ਵਿਰੋਧ ਵੀ ਕਰ ਰਹੇ ਨੇ ਹੁਣ ਭਾਜਪਾ ਦੇ ਜੇਕਰ ਮਨਜਿੰਦਰ ਸਿੰਘ ਸਿਰਸਾਵਲ ਦੇਖਿਆ ਜਾਵੇ ਉਹ ਕਹਿੰਦੇ ਠੀਕ ਹੈ ਕਿ ਧਰਮ ਦੇ ਵਿੱਚ ਅਸੀਂ ਦਖਲਦਾਰੀ ਨਹੀਂ ਕਰਦੇ ਕੋਈ ਆਉਣਾ ਆਵੇ ਨਹੀਂ ਹੋਣਾ ਨਾ ਆਵੇ ਪਰ ਇਹ ਗੱਲ ਕਿਉਂ ਕਹੀ ਗਈ ਹੈ ਕਿ भाजपा पार्टी का प्रोग्राम है उसको ठुकरा दिया है मना कर दिया है ठीक है कांग्रेस की अपनी मर्जी है लेकिन उन्होंने जो साथ में ये लिखा की यह बीजेपी का इवेंट है मुझे लगता है इसकी मैं कड़े शब्दों में निंदा करता हूं ये किसी भी धार्मिक आस्था के खिलाफ है कांग्रेस को ऐसा नहीं करना चाहिए वो ठीक है सोनिया जी का या उनके परिवार का प्रभु राम में आस्था ना हो वो सनातन धर्म में उनकी आस्था ना हो लेकिन हम लोगों की आस्था अलग अलग धर्मों में हो सकती है लेकिन हम सबको एक दूसरे के धर्म का सम्मान भी करना चाहिए और दूसरे की खुशी में शामिल भी होना चाहिए तो इससे हमारी आपस में एक प्यार और सम्मान बढ़ता है दूसरे के प्रति लेकिन कांग्रेस द्वारा ये कहना कि ये बीजेपी का इवेंट है मुझे लगता है उससे भी घटिया किस्म की राजनीति है इसकी मैं कड़े शब्दों में निंदा करता हूं प्रभु राम जी के इस अयोध्या में जो प्राण प्रतिष्ठा प्रतिष्ठा होने जा रही है इससे हम सब लोगों को बधाई देनी चाहिए एक अच्छा माहौल बनाना चाहिए एक जो है धार्मिक तौर पर आस्था जिनकी है उनको बधाई भी देनी चाहिए और जिनकी नहीं भी है उनको भी अगर दर्शन करना चाहते हैं नहीं चाहते है, उनकी मर्जी पे लेकिन इस तरह से ठुकराना इस तरह से ये कहना ये राजनीति का उसका हिस्सा बना देना ये कहना ये पोलिटिकल इवेंट है बीजेपी का इवेंट है इस तरह से प्रभु राम कि जो प्राण प्रतिष्ठा स्टोरी है उसमें राजनीति लाना मुझे लगता है कांग्रेस का यह गलत काम है जिसके मैं कड़े शब्दों में निंदा करता हूं गांधी परिवार को खड़गे जी को और कांग्रेस को ऐसा नहीं करना चाहिए था सिरसा साहब ने ਤੁਸੀਂ ਸੁਣਿਆ ਪਰ ਇੱਕ ਗੱਲ ਇੱਥੇ ਹੋਰ ਹੈ ਕਿ ਪ੍ਰਣ ਪ੍ਰティਸ਼ਟਾ ਪ੍ਰੋਗਰਾਮ ਨੂੰ ਲੈ ਕੇ ਤਿਆਰੀਆਂ ਤਾਂ ਭਾਵੇਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਪ੍ਰੋਗਰਾਮ ਨੂੰ ਲੈ ਕੇ ਸ਼ੰਕਰਾਚਾਰੀਆ ਵੀ ਨੇ ਚਾਰ ਜਣੇ ਜਿਨ੍ਹਾਂ ਨੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਨੇ ਕਿ ਅਜੇ ਤੱਕ ਮੰਦਿਰ ਦਾ ਨਿਰਮਾਣ ਪੂਰਾ ਨਹੀਂ ਹੋਇਆ ਇਸ ਕਰਕੇ ਇਹ ਪਹਿਲੇ ਹੀ ਪ੍ਰੋਗਰਾਮ ਕਿਵੇਂ ਕਰਵਾਏ ਜਾ ਰਹੇ ਨੇ ਇਹਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਪਰ ਠੀਕ ਹੈ ਇਹ ਵੀ ਦੋਸ਼ ਲੱਗ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਇੱਕ ਬਹੁਤ ਵੱਡੀ ਰਾਜਨੀਤੀ ਸਿਆਸੀ ਪੱਤਾ ਧਾਰਮਿਕ ਪੱਤਾ ਖੇਡਣ ਦੀ ਤਿਆਰੀ ਵੀ ਜਾਂ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿੰਨਾ ਕੁ ਸੱਚ ਹੈ ਕਿੰਨਾ ਕੁ ਨਹੀਂ ਇਹ ਨਹੀਂ ਕਿਹਾ ਜਾ ਸਕਦਾ ਪਰ ਇਹਨਾਂ ਜ਼ਰੂਰ ਹੈ ਕਿ ਇਸ ਵੇਲੇ ਕਈ ਜਣੇ ਇਸ ਪ੍ਰੋਗਰਾਮ ਦੇ ਵਿਰੋਧ ਵਿੱਚ ਵੀ ਨੇ ਪਰ ਦੂਸਰੇ ਪਾਸੇ ਕਈ ਲੋਕ ਇਸ ਤਰ੍ਹਾਂ ਦੇ ਵੀ ਹੈ ਜਿਨ੍ਹਾਂ ਨੇ 40 ਸਾਲ ਹੋ ਗਏ ਹੈ ਵਰਤ ਰੱਖੇ ਹੋਏ ਨੇ ਭਗਵਾਨ ਰਾਮ ਹਰਾਂ ਦੇ ਨਾਮ ਤੇ ਕਿ ਜਦੋਂ ਤੱਕ ਇੱਥੇ ਮੰਦਿਰ ਨਹੀਂ ਬਣਦਾ ਉਦੋਂ ਤੱਕ ਅਸੀਂ ਵਰਤ ਨਹੀਂ ਤੋੜਨਾ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਪਾਰਟੀ ਦੀ ਇੱਕ ਸਿਆਸਤਦਨ ਬੀਬੀ ਇਸ ਤਰ੍ਹਾਂ ਦੇ ਹੈਗੇ ਆ ਸੋ ਲੋਕਾਂ ਦੀ ਆਸਥਾ ਹੈ ਲੰਬੇ ਸਮੇਂ ਤੋਂ ਲੋਕਾਂ ਦੀ ਆਸਥਾ ਲੰਬੇ ਸਮੇਂ ਤੋਂ ਜੁੜੀ ਹੋਈ ਹੈ ਪਰ ਇਸ ਵੇਲੇ ਜਿਸ ਹਿਸਾਬ ਦੇ ਨਾਲ ਸਵਾਲ ਖੜੇ ਹੋ ਰਹੇ ਨੇ ਉਹਨਾਂ ਸਵਾਲਾਂ ਦਾ ਜਵਾਬ ਵੀ ਕੋਈ ਦੇਣ ਨੂੰ ਤਿਆਰ ਨਹੀਂ ਬਾਈ ਤ੍ਰਿਕ ਨੂੰ ਜੋ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਉਹਨੂੰ ਲੈ ਕੇ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਨੇ ਉਹਦੇ ਵਿੱਚ ਕਹਨੇ ਆਉਣਾ ਕਹਨੇ ਨਹੀਂ ਆਉਣਾ ਹਰ ਇੱਕ ਇਨਸਾਨ ਦੀ ਆਪਣੀ ਮਰਜ਼ੀ ਹੈ ਪਰ ਇਸ ਮਾਮਲੇ ਦੇ ਉੱਪਰ ਸਿਆਸਤ ਕਰਨਾ ਇਸ ਤਰ੍ਹਾਂ ਸਰ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜੁ ਪਸੰਦ ਆਇਆ ਹੋਣਾ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ